ਮੰਗਣ ਨਾਲ ਤੁਸੀਂ ਮਿਲ ਜਾਵੋ, ਮੈਂ ਕੋਈ ਦਰਬਾਰ ਕੋਈ ਪੀਰ ਨਾ ਛੱਡਾਂ। ਜੇ ਰੋਇਆ ਤੁਸੀਂ ਮਿਲ ਜਾਵੋ ਤਾਂ ਮੈਂ ਇਸ ਅੱਖ ਦੇ ਵਿੱਚ ਇੱਕ ਨੀਰ ਨਾ ਛੱਡਾਂ। ਜੇ ਪੈਸਿਆਂ ਨਾਲ ਤੁਸੀਂ ਧੜਕੇ ਦਿਲ ਇਸ ਤੁਹਾਡੀ ਯਾਦ ਵਿੱਚ ਤਾਂ ਰੱਬ ਦੀ ਸਹੁੰ, ਮੈਂ ਇਸ ਦਿਲ ਨੂੰ ਚੀਰ ਨਾ ਛੱਡਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਰਬਜੀਤ ਸਿੰਘ ਢੱਕ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਦਾ ਪ੍ਰੋਗਰਾਮ ਵਾਹ ਬਈ ਵਾਹ। ਪਿਆਰੇ ਦਰਸ਼ਕੋ, ਪਹਿਲਾਂ ਅਨਮੋਲ ਖਜ਼ਾਨੇ 'ਚੋਂ ਤਿੰਨ ਗੱਲਾਂ। ਅਨਮੋਲ ਖਜ਼ਾਨੇ 'ਚੋਂ ਜਿਹੜੀ ਪਹਿਲੀ ਗੱਲ ਹੈ ਉਹ ਹੈ, ਦੂਜੇ ਦੇ ਨਾਲ ਉਸ ਤਰ੍ਹਾਂ ਦਾ ਵਰਤਾਵ ਕਰੋ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰੇ। ਅਤੇ ਦੂਸਰੀ ਗੱਲ, ਜੇਕਰ ਘਮੰਡ ਆ ਜਾਵੇ ਨਾ ਤਾਂ ਇੱਕ ਵਾਰੀ ਸ਼ਮਸ਼ਾਨ ਦਾ ਚੱਕਰ ਲਾਇਆ ਹੋ, ਉੱਥੇ ਦਿਖ ਜਾਏਗਾ ਆਪਣੇ ਤੋਂ ਵਧੀਆ ਬੰਦੇ ਵੀ ਰਾਖ ਬਣੀ ਪਏ ਨੇ। ਅਤੇ ਤੀਸਰੀ ਅਨਮੋਲ ਖਜ਼ਾਨੇ 'ਚੋਂ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਹੜੀ ਬਹੁਤ ਜ਼ਰੂਰੀ ਹੈ ਕਿ ਜੇ ਮਾਂ ਬਾਪ ਦੀ ਜੁੱਤੀ ਟੁੱਟੀ ਹੋਵੇ ਨਾ ਤਾਂ ਤੁਹਾਡਾ ਬ੍ਰਾਂਡ ਪਾਏ ਦਾ ਕੋਈ ਮਾਇਨੇ ਨਹੀਂ ਰੱਖਦਾ। ਸੋ ਇਸ ਗੱਲ ਨੂੰ ਧਿਆਨ ਰੱਖਿਓ ਕਿ ਮਾਂ ਬਾਪ ਦੀ ਜੁੱਤੀ ਟੁੱਟੀ ਹੋਵੇ ਤਾਂ ਤੁਹਾਡਾ ਬ੍ਰਾਂਡ ਪਾਇਆ ਵੀ ਕੋਈ ਮਾਇਨੇ ਨਹੀਂ ਰੱਖਦਾ। ਸੋ ਇਹ ਸੀ ਤਿੰਨ ਗੱਲਾਂ ਅੱਜ ਦੀਆਂ ਜੋ ਅਨਮੋਲ ਖਜ਼ਾਨੇ 'ਚੋਂ ਸੀ। ਅਤੇ ਹੁਣ ਵੇਲਾ ਹੈ ਉਸ ਸ਼ਖਸੀਅਤ ਨੂੰ ਮਿਲਾਉਣ ਦਾ ਜੋ ਸਾਡੇ ਅੱਜ ਦੇ ਮਹਿਮਾਨ ਨੇ। ਇਹਨਾਂ ਬਾਰੇ ਜੇ ਮੈਂ ਗੱਲ ਕਰਾਂ ਨਾ ਤਾਂ ਸ਼ਾਇਦ ਜਿਹੜੀਆਂ ਗੱਲਾਂ ਉਹ ਬਹੁਤ ਮਾਇਨੇ ਨਹੀਂ ਰੱਖਦੀਆਂ, ਲੇਕਿਨ ਜਿਹੜੀਆਂ ਜਿਸ ਤਰ੍ਹਾਂ ਦੀ ਇਹ ਸ਼ਖਸੀਅਤ ਹੈ ਜੋ ਉਹ ਲਿਖਦੇ ਨੇ, ਜਦੋਂ ਉਹ ਲਿਖਦੇ ਨੇ ਤਾਂ ਵਾਕਈ ਬਾ ਕਮਾਲ ਲਿਖਦੇ ਨੇ। ਅਤੇ ਉਹ ਕਹਿੰਦੇ ਨੇ, ਯਾਰੋ ਕੀ ਨਹੀਂ ਹੋਇਆ ਸਾਲ 84 ਵਿੱਚ, ਯਾਰੋ ਕੀ ਨਹੀਂ ਹੋਇਆ ਸਾਲ 84 ਵਿੱਚ, ਕਿਹੜਾ ਦਿਲ ਨਹੀਂ ਰੋਇਆ ਸਾਲ 84 ਵਿੱਚ। ਅਤੇ ਨਾਲੇ ਹੀ ਉਹ ਲਿਖਦੇ ਨੇ, ਰੋਇਆ ਬਹੁਤ ਪੰਜਾਬ ਕਿਸੇ ਨੇ ਬਾਤ ਨਾ ਪੁੱਛੀ, ਰੱਖ ਕੇ ਗੁਲਾਬ ਅੱਗ 'ਤੇ ਕਿਸੇ ਨੇ ਬਾਤ ਨਾ ਪੁੱਛੀ। ਇਸ ਤਰ੍ਹਾਂ ਦੀ ਸ਼ਾਇਰੀ ਲਿਖਣ ਵਾਲੇ ਇਸ ਸ਼ਖਸੀਅਤ ਨੂੰ ਅੱਜ ਤੁਹਾਡੇ ਰੂਬਰੂ ਕਰੂੰਗਾ। ਅਤੇ ਜਿਹਨਾਂ ਦੇ ਬਾਰੇ ਗੱਲ ਕਰ ਲਈਏ ਤਾਂ ਇਹਨਾਂ ਦੀ ਇਨਾਮਾਂ ਦੀ ਲਿਸਟ ਐਡੀ ਕੁ ਬੜੀ ਹੈ ਜਿਹਨਾਂ ਨੇ ਇਹਨਾਂ ਨੂੰ ਸਨਮਾਨ ਮਿਲੇ ਆ। ਅਤੇ ਪਰ ਉਸ ਤੋਂ ਪਹਿਲਾਂ ਮੈਂ ਗੱਲ ਕਰਦਾ ਇਹਨਾਂ ਦੇ ਧਰਮ ਗੁਰੂ ਦੀ, ਜੋ ਇਹਨਾਂ ਦੇ ਧਰਮ ਗੁਰੂ ਸੀ ਜਿਹਨਾਂ ਤੋਂ ਇਹ ਜ਼ਿਆਦਾ ਪ੍ਰਭਾਵਿਤ ਹੋਏ ਨੇ, ਉਹ ਨੇ ਬਾਬਾ ਭਗਤ ਸਿੰਘ ਅਤੇ ਗਿਆਨੀ ਸੰਤ ਮਸਕੀਨ ਸਿੰਘ ਜੀ। ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ, ਕਾਫੀ ਵਧੀਆ ਲਿਖਦੇ ਨੇ। ਅਤੇ ਜੇ ਸਾਹਿਤਕ ਗੁਰੂ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਸਾਹਿਤਕ ਗੁਰੂ ਸੀ ਉਹ ਹੈ ਬਾਬਾ ਏ ਗਜ਼ਲ ਜਨਾਬ ਦੀਪਕ ਜਤੋਹੀ ਜੀ। ਸੋ ਐਡੀ ਬੜੀ ਸ਼ਖਸੀਅਤ ਇਹਨਾਂ ਦੇ ਉਸਤਾਦ ਸੀ। ਅਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਵਧੀਆ ਲਿਖਦੇ ਹੋਣਗੇ, ਇਸ ਕਰਕੇ ਇਹਨਾਂ ਨੇ ਇੰਨੀਆਂ ਇੰਨੀ ਵਧੀਆ ਜਿਹੜੀਆਂ ਰਚਨਾਵਾਂ ਜਾਂ ਗਜ਼ਲਾਂ ਲਿਖੀਆਂ ਨੇ, ਕਿਉਂਕਿ ਇਹ ਆਪ ਵੀ ਗਜ਼ਲ ਗੋ ਨੇ। ਔਰ ਇਹਨਾਂ ਦੇ ਮੈਂ ਗੱਲ ਕਰ ਰਿਹਾ ਸੀ ਸਨਮਾਨ ਦੀ, ਅਤੇ ਜਿਹੜੇ ਸਨਮਾਨ ਸੀ ਉਹਨਾਂ ਵਿੱਚੋਂ ਜੇ ਆਪਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਬਾਬਾ ਫਰੀਦ ਲੋਕ ਸਭਾ ਐਪਰੀਸੀਏਸ਼ਨ ਅਵਾਰਡ, ਜਿਹਦੇ ਵਿੱਚ 1 ਲੱਖ ਰੁਪਇਆ ਜੋ ਤਲਵੰਡੀ ਸਾਬੋ ਤੋਂ ਆ, 1 ਲੱਖ ਰੁਪਏ ਦਾ ਇਹਨਾਂ ਨੂੰ ਅਵਾਰਡ ਮਿਲਿਆ। ਭਾਈ ਕਾਨ ਸਿੰਘ ਨਾਭਾ ਸ਼੍ਰੋਮਣੀ ਪ੍ਰਚਾਰਕ ਪੁਰਸਕਾਰ, ਉਹਦੇ ਵਿੱਚ ਵੀ ਇਹਨਾਂ ਨੂੰ 1 ਲੱਖ ਰੁਪਇਆ ਦਾ ਨਗਦ ਇਨਾਮ ਮਿਲਿਆ। ਅਤੇ ਸ਼ੇਰੇ ਪੰਜਾਬ ਇੰਟਰਨੈਸ਼ਨਲ ਜੋ ਆਵਾਜ਼ ਸਾਂਝੀ ਬੈਠਕ ਪਾਕਿਸਤਾਨ ਦੀ ਹੈ, ਜੋ ਸਾਂਝੀ ਬੈਠਕ ਹੈ ਪਾਕਿਸਤਾਨ ਦੇ ਵਿੱਚ, ਉਹਨਾਂ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਆਪ ਇਹ ਬਹੁਤ ਵੱਡੇ ਵੱਡੇ ਕੰਮ ਕਰਦੇ ਨੇ, ਬਹੁਤ ਵਧੀਆ ਲਿਖਦੇ ਨੇ, ਤਾਂ ਨਾਲ ਹੀ ਇੱਕ ਮਨੁੱਖਤਾ ਦਾ ਘਰ, ਇੱਕ ਇਹਨਾਂ ਸੰਸਥਾ ਹੈ ਬਠਿੰਡੇ ਵਿੱਚ ਜੋ ਉਹ ਵੀ ਚਲਾਉਂਦੇ ਨੇ। ਸੋ ਗੱਲਾਂ ਕਰਦੇ ਨਾਲ ਜੇ ਕਰਨ ਲੱਗ ਪਈ ਤਾਂ ਇਹਨਾਂ ਬਾਰੇ ਸ਼ਾਇਦ ਸਮੇਂ ਆਪਣੇ ਇੱਦਾਂ ਹੀ ਮੁੱਕ ਜਾਏ। ਤਾਂ ਆਓ ਤੁਹਾਨੂੰ ਰੂਬਰੂ ਕਰਾਉਣਾ ਮੈਂ ਇਸ ਮਹਾਨ ਸ਼ਖਸੀਅਤ ਨਾਲ ਜੋ ਕਿਤੇ ਵਜੋਂ ਪ੍ਰਿੰਸੀਪਲ ਨੇ ਔਰ
ਜੇ ਆਪਾਂ ਇਹਨਾਂ ਦਾ ਨਾਂ ਲਈਏ ਤਾਂ ਮੈਂ ਇਹਨਾਂ ਦੇ ਨਾਲ ਨਾਲ ਰੂਬਰੂ ਕਰਾਉਣਾ ਅਤੇ ਰੂਬਰੂ ਕਰਾਉਂਦੇ ਹਾਂ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਜੀ ਨੂੰ। ਬਲਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਵਾਹ ਬਈ ਵਾਹ ਵਿੱਚ, ਅਤੇ ਤੁਸੀਂ ਵੀ ਸਾਡੇ ਦੇਖ ਰਹੇ ਦਰਸ਼ਕਾਂ ਨਾਲ ਫਤਿਹ ਦੀ ਸਾਂਝ ਪਾ ਲਓ। ਬਹੁਤ ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ PVC ਸਕਾਈ ਚੈਨਲ ਦੁਆਰਾ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਵਾਹ ਬਈ ਵਾਹ ਦੇ ਵਿੱਚ ਮੈਨੂੰ ਮੌਕਾ ਦੇਣ ਲਈ ਮੈਂ ਸਰਬਜੀਤ ਸਿੰਘ ਟੱਕ ਸਾਹਿਬ ਤੁਹਾਡਾ ਰਿਣੀ ਹਾਂ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਨ ਦਾ ਇਹ ਉਪਰਾਲਾ ਕੀਤਾ। ਇਹਦੇ ਨਾਲ ਗੱਲ ਅਗਾਂਹ ਪਹੁੰਚਦੀ ਹੈ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਮੈਂ ਤੁਹਾਡੇ ਇਸ ਵੱਡੇ ਪਲੇਟਫਾਰਮ ਤੇ ਦਰਸ਼ਕਾਂ ਦੇ ਰੂਬਰੂ ਹੋ ਰਿਹਾ। ਜਿੱਥੇ ਮੈਂ ਤੁਹਾਡਾ ਰਿਣੀ ਹਾਂ ਉੱਥੇ ਮਾਣਯੋਗ ਬੀਬਾ ਦਿਲਪ੍ਰੀਤ ਕੌਰ ਗੁਰੀ ਔਰ ਰਾਜਵੀਰ ਕੌਰ ਗਰੇਵਾਲ, ਉਹਨਾਂ ਦਾ ਵੀ ਮੈਂ ਰਿਣੀ ਹਾਂ। ਉਹ ਮੇਰੇ ਜ਼ਰੀਆ ਬਣੇ ਤੁਹਾਡੇ ਤੱਕ ਮੈਨੂੰ ਪਹੁੰਚਾਉਣ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡਾ ਇੱਕ ਵਾਰ ਫਿਰ ਦਹੇ ਦਿਲ ਤੋਂ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਤੁਹਾਡਾ ਪਿਛੋਕੜ ਕੀ ਹੈ। ਮੇਰਾ ਪਿਛੋਕੜ ਇਤਿਹਾਸਕ ਨਗਰ ਰਾਮਪੁਰਾ ਫੂਲ ਦਾ, ਫੂਲ ਟਾਊਨ, ਫੂਲ ਮਹਾਰਾਜ ਕਹਿ ਲਵੋ, ਉੱਥੋਂ ਦਾ ਮੇਰਾ ਪਿਛੋਕੜ ਹੈ। 1-2-1962 ਨੂੰ ਮੇਰਾ ਜਨਮ ਫੂਲ ਟਾਊਨ ਦੀ ਧਰਤੀ ਤੇ ਹੋਇਆ ਔਰ ਮਾਪਿਆਂ ਦੀ ਮੁਲਾਜ਼ਮਤ ਕਾਰਨ ਮਾਤਾ ਜੀ ਡਾਕਟਰ ਸਨ। ਪਿੰਡ ਨਥੇਹਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ, ਦਮਦਮਾ ਸਾਹਿਬ ਤਹਿਸੀਲ ਦੇ ਵਿੱਚ ਪੈਂਦਾ। ਇੱਥੇ 2070 ਨੂੰ ਸਾਡਾ ਆਉਣਾ ਹੋਇਆ। ਮੈਂ ਉਦੋਂ 8 ਵਰਿਆਂ ਦਾ ਸੀ ਤੇ ਮੇਰੇ ਫਾਦਰ ਸਾਹਿਬ ਰਾਜ ਭਾਗ ਦੇ ਵਿੱਚ ਬੜੇ ਕੈਬਨਿਟ ਰੈਂਕ ਤੇ ਰਹੇ। ਇਸਦਾ ਵੀ ਮੈਨੂੰ ਮਾਣ ਹੈ ਇਸ ਗੱਲ ਦੇ ਕਿ ਮੇਰੇ ਜਿਹੜੇ ਪੂਰਵਜ, ਮੇਰੇ ਵੱਡੇ ਵਡੇਰੇ, ਉਹਨਾਂ ਨੇ ਵੱਡੇ ਅਹੁਦਿਆਂ ਤੇ ਕੰਮ ਕੀਤਾ ਔਰ ਮਨੁੱਖਤਾ ਦੀ ਸੇਵਾ ਕੀਤੀ ਸੀ। ਸੋ ਇਹ ਨਥੇਹਾ ਪਿੰਡ, ਸਾਬਕਾ IPS ਅਫਸਰ ਸਾਹ ਹਰਿੰਦਰ ਸਿੰਘ ਚਾਹਲ ਔਰ ਮਹਾਨ ਸਮਾਜ ਸੇਵਕ ਉਹਨਾਂ ਦੇ ਬੇਟੇ ਗੁਲਜ਼ਾਰਿੰਦਰ ਸਿੰਘ ਚਾਹਲ ਦਾ ਪਿੰਡ ਹੈ, ਜੋ ਕਿ ਇੱਕ ਫਿਲਮ ਅਭਿਨੇਤਾ ਵੀ ਹਨ ਔਰ ਬੜੇ ਵੱਡੇ ਕਾਰਜ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਕੀਤੇ ਨੇ। ਮੈਂ ਉਸ ਪਿੰਡ ਦੇ ਵਿੱਚ ਆਪਣੇ ਲੰਬੇ ਸਮੇਂ ਤੋਂ ਰਹਿ ਰਿਹਾ ਜੀ। ਸੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਉਸ ਲੰਬੇ ਸਮੇਂ ਤੋਂ ਉਸ ਪਿੰਡ ਵਿੱਚ ਰਹਿ ਰਹੇ ਹੋ ਅਤੇ ਤੁਸੀਂ ਨਾਲ ਮਨੁੱਖਤਾ ਦਾ ਘਰ ਜਿਹੜਾ ਉਹ ਵੀ ਚਲਾ ਰਹੇ ਹੋ, ਅਤੇ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਮਨੁੱਖਤਾ ਦੀ ਸੇਵਾ ਵੀ ਕਰ ਰਹੇ ਹੋ ਨਾਲ ਨਾਲ। ਅਤੇ ਜਿਹੜਾ ਤੁਹਾਡਾ ਲਿਖਣ ਦਾ ਸਫ਼ਰ ਸੀਗਾ, ਇਹ ਕਿਸ ਤਰ੍ਹਾਂ ਸ਼ੁਰੂ ਹੋਇਆ? ਕਿਉਂਕਿ ਜਿਸ ਤਰ੍ਹਾਂ ਬਾਬਾ ਗਜ਼ਲ ਜਿਹਦੀ ਵੀ ਆਪਾਂ ਗੱਲ ਕਰ ਲਈਏ, ਦੀਪਕ ਜਦੋਹੀ ਜੀ ਦੀ, ਜਿਹਨਾਂ ਦਾ ਨਾਂ ਲੈਂਦੇ ਹੀ ਉਹ ਬਹੁਤ ਵੱਡੀ ਸ਼ਖਸੀਅਤ ਹੈ, ਅਤੇ ਉਹਨਾਂ ਦੇ ਉਹ ਤੁਹਾਡੇ ਉਸਤਾਦ ਸੀ, ਤੁਸੀਂ ਉਹਨਾਂ ਕੋਲੋਂ ਸਿੱਖਿਆ, ਅਤੇ ਫਿਰ ਲਿਖਣ ਦਾ ਜਿਹੜਾ ਤੁਹਾਡਾ ਰੁਝਾਨ ਸੀ ਇਹ ਕਿਸ ਤਰ੍ਹਾਂ ਪਿਆ? ਸਕੂਲ ਦੇ ਵਿੱਚ ਪੜ੍ਹਦੇ ਹੀ ਛੋਟੇ ਹੁੰਦੇ ਆ, ਬਾਲ ਸਭਾ ਹਰ ਸ਼ਨੀਵਾਰ ਨੂੰ ਸਕੂਲਾਂ ਵਿੱਚ, ਅੱਜ ਵੀ ਹੁੰਦੀ ਹੈ ਬਹੁਤੇ ਸਕੂਲਾਂ ਦੇ ਵਿੱਚ, ਪਰ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਤਲਬ ਕਿ ਇਸ ਗੱਲ ਨੂੰ ਤਰਜੀਹ ਦਿੱਤੀ ਜਾਂਦੀ ਸੀ। ਤੇ ਛੋਟਾ ਜਿਹਾ ਮੈਂ ਇੱਕ ਗੀਤ ਲਿਖ ਕੇ 5ਵੀਂ ਚ ਪੜ੍ਹਦੇ ਹੀ ਆਪਣਾ ਛੋਟਾ ਜਿਹਾ ਤੁਕਬੰਦੀ ਕਰਕੇ ਜੋੜ ਕੇ ਸੁਣਾਇਆ, ਤੇ ਉਹਦੇ ਵਿੱਚ ਦਰਜਨ ਕਾਪੀਆਂ ਲਈ ਤੇ 2 ਬਾਲ ਪੈਨ ਲਿਖਣ ਵਾਲੇ ਮੈਨੂੰ ਇਨਾਮ ਵਜੋਂ ਮਿਲੇ, ਤੇ ਉਹੀ ਸ਼ਾਇਦ ਮੇਰਾ ਉਸ ਸਫ਼ਰ ਸੀ ਜਿਹੜਾ ਆਰੰਭ ਹੋ ਗਿਆ। ਤੇ ਉਹ ਹੌਲੀ ਹੌਲੀ ਲਿਖਦਿਆਂ ਕਰਦਿਆਂ ਇੱਕ ਸਾਹਿਤ ਸਭਾ ਬਣਾਈ, ਬਲਪਿੰਦਰਾ ਸਾਹਿਤ ਸਭਾ ਨਥੇਹਾ, ਉਹਦੇ ਰਾਹੀਂ ਕਾਫੀ ਲਿਖਿਆ। ਫਿਰ ਉਸਤਾਦ ਜੀ 1981 ਦੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਸਾਹਿਤ ਸਭਾ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ, ਉੱਥੇ ਮੈਂ ਉਹਨਾਂ ਨੂੰ ਬਕਾਇਦਾ ਉਸਤਾਦ ਧਾਰਨ ਕੀਤਾ। ਇਹ 1981 ਦੀ ਗੱਲ ਹੈ ਜੀ। ਫਿਰ ਚੱਲ ਫਿਰ ਲਿਖਦੇ ਰਹੇ ਜੀ, ਹੁਣ ਵੀ ਕਾਫੀ ਕਿਤਾਬਾਂ ਦਾ ਖਰੜਾ ਜਿਹੜਾ ਉਹ ਮੇਰੇ ਕੋਲ ਛਾਪਣ ਵਾਲਾ ਪਿਆ, ਔਰ ਇੱਕ ਕਿਤਾਬ ਦੀ ਮੈਂ ਸੰਪਾਦਨਾ ਕੀਤੀ ਹੈ ਜਿਸਦਾ ਨਾਂ ਸੀ ਪੰਜਾਬ ਰੋਇਆ। ਇਹ ਕਿਤਾਬ ਪਹਿਲੀ 1999 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਤੋਂ ਬਾਅਦ ਇੱਕ ਸ੍ਰੀ ਗੁਰੂ ਸੰਗਤ ਸਾਹਿਬ ਦੀ ਜਿਵੇਂ ਬਾਲ ਲੀਲਾ, ਜੋ ਕਿ ਉਦਾਸੀ ਮਤ ਦੇ ਵਿੱਚ ਬੜੇ ਉਦਾਸੀਨਾਚਾਰੀਆ ਮੰਨੇ ਗਏ ਨੇ, ਉਹਨਾਂ ਦੇ ਬਾਰੇ ਕਿਤਾਬ ਲਿਖੀ ਗਈ। ਤੇ ਫਿਰ ਹੁਣ
ਪਿੱਛੇ ਜੇ ਕਿਤਾਬ ਮੇਰੀ ਬਰਲਾਪ ਜੋਗਾ ਜਲ ਸੰਗ੍ਰਹਿ ਉਹ ਪ੍ਰਕਾਸ਼ਿਤ ਹੋਈ ਹੈ, ਗਜ਼ਲ ਸੰਗ੍ਰਹਿ ਸੀ ਜੀ। ਮੈਂ ਉਸ ਉਹਨਾਂ ਦੀ ਗੱਲ ਕਰਨ ਜਾ ਰਿਹਾ ਸੀ ਹੁਣ, ਕਿਉਂਕਿ ਤੁਸੀਂ ਪੰਜਾਬ ਰੋਇਆ ਜਿਹੜਾ ਉਹਦੇ ਵਿੱਚੋਂ ਇੱਕ ਸ਼ੇਰ ਵੀ ਸੀ ਯਾਰ ਕੀ ਜਿਹੜਾ ਪੰਜਾਬ ਰੋਇਆ ਰੋਇਆ ਬਹੁਤ ਪੰਜਾਬ ਕਿਸ ਹਾਂਜੀ ਰੋਇਆ ਬਹੁਤ ਪੰਜਾਬ ਕਿਸੇ ਨੇ ਬਾਤ ਨਾ ਪੁੱਛੀ ਰੱਖ ਕੇ ਗੁਲਾਬ ਅੱਗ ਤੇ ਰੱਖ ਗੁਲਾਬ ਕਿਸੇ ਨੇ ਬਾਤ ਨਾ ਪੁੱਛੀ ਜੀ। ਸੋ ਇਹ ਤੁਹਾਡੀ ਬਹੁਤ ਚਰਚਿਤ ਰਹੀ ਸੀ ਇਹ ਇਹ ਤੁਸੀਂ ਇਸ ਕਿਤਾਬ ਦੀ ਸੰਪਾਦਨਾ ਕੀਤੀ ਸੀ ਅਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਆਈ ਸੀ ਬਾਲ ਲੀਲਾ ਸ਼੍ਰੀ ਗੁਰੂ ਸੰਗਤ ਸਾਹਿਬ ਜੀ ਦੀ ਅਤੇ ਵਿਰਲਾਪ ਜਿਹੜੀ ਆਈ ਸੀ ਇਹ ਤੁਹਾਡੀਆਂ ਦੋ ਕਿਤਾਬਾਂ ਜਿਹੜੀਆਂ ਤੁਸੀਂ ਹੁਣ ਤੱਕ ਆ ਚੁੱਕੇ ਹੋ। ਇਸ ਤਰ੍ਹਾਂ ਤੁਸੀਂ ਖੜਨਾ ਪਿਆ ਉਹ ਕਾਫੀ ਜ਼ਿਆਦਾ ਕਿਤਾਬਾਂ ਦਾ ਅਤੇ ਅਸੀਂ ਵੀ ਚਾਹਵਾਂਗੇ ਇਹੀ ਅਰਦਾਸ ਕਰਾਂਗੇ ਜਲਦੀ ਜਲਦੀ ਤੁਹਾਡੀਆਂ ਉਹ ਵੀ ਕਿਤਾਬਾਂ ਆਉਣ ਅਤੇ ਅਸੀਂ ਪੜ੍ਹ ਸਕੀਏ ਅਤੇ ਸਾਡੇ ਜਿਹੜੇ ਦਰਸ਼ਕ ਹੈ ਜਾਂ ਸਾਡੇ ਜਿਹੜੇ ਪਾਠਕ ਨੇ ਉਹ ਜ਼ਰੂਰ ਇਸ ਚੀਜ਼ ਨੂੰ ਪੜ੍ਹਨ, ਕਿਉਂਕਿ ਜਦੋਂ ਇੱਕ ਐਸੀ ਮਹਾਨ ਸ਼ਖੀਅਤ ਇੱਦਾਂ ਦਾ ਲਿਖਦੀ ਹੈ ਤਾਂ ਫਿਰ ਉਹ ਵਧੀਆ ਹੀ ਲਿਖਦੀ ਹੈ। ਤਾਂ ਜਿੱਦਾਂ ਤੁਸੀਂ 84 ਦੀ ਵੀ ਗੱਲ ਲਿਖੀ ਸੀ ਕਿ ਯਾਰ ਉਹ ਕੀ ਨਹੀਂ ਹੋਇਆ ਸਾਲ 84 ਵਿੱਚ, ਕਿਹੜੀ ਅੱਖ ਨਹੀਂ ਰੋਈ ਜਾਂ ਕਿਹੜਾ ਦਿਲ ਨਹੀਂ ਰੋਇਆ ਸਾਲ 84 ਵਿੱਚ, ਇਹ ਵੀ ਤੁਹਾਡੀ ਬਹੁਤ ਮਕਬੂਲ ਹੋਈ ਸੀ ਤੁਹਾਡੀ ਰਚਨਾ, ਔਰ ਇਹ ਰਚਨਾ ਕਾਫੀ ਮਤਲਬ ਛਾਪੀ ਵੀ ਗਈ ਆ, ਅਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਲਿਖਿਆ ਸੀ। ਮੇਰੀ ਉਮਰ ਉਦੋਂ 22 ਵਰਿਆਂ ਦੀ ਸੀ ਜਦੋਂ ਬਲਿਊ ਸਟਾਰ ਦਾ ਦੁਖਾਂਤ ਵਾਪਰਿਆ ਜੀ। ਉੱਥੇ ਜਾਣ ਦਾ ਮੌਕਾ ਮਿਲਿਆ, ਅੱਖੀ ਉਹ ਸਾਰਾ ਖੰਡਰ ਵੇਖਿਆ, ਬਹੁਤ ਬੁਰੇ ਹਾਲਾਤ ਸਨ। ਉਦੋਂ ਹੀ ਮਨ ਦੇ ਵਿੱਚ ਆਇਆ ਤੇ ਦਿਲ ਦਾ ਜਿਹੜਾ ਦਰਦ ਸੀ ਉਹ ਅੱਖਾਂ ਰਾਹੀਂ ਹੰਝੂ ਬਣ ਕੇ ਬਹਿ ਤੁਰਿਆ, ਤੇ ਕਲਮ ਨੇ ਕੋਈ ਝਰੀਟਾ ਸ਼ੁਰੂ ਕੀਤਾ ਤੇ ਏਦਾਂ ਦੇ ਦਰਦ ਭਿੱਜੇ ਬੋਲ ਜਿਹੜੇ ਉਹ ਮੇਰੀ ਕਲਮ ਤੋਂ ਲਿਖੇ ਗਏ। ਬਾਤ ਔਰ ਵਾਕਈ ਕਾਫੀ ਮਕਬੂਲ ਹੋਈ ਤੁਹਾਡੀ ਰਚਨਾ। ਮੈਂ ਆਪਣੇ ਟੀਮ ਨੂੰ ਕਹੂੰਗਾ ਕਿ ਇਹਨਾਂ ਦੀ ਦੋਨੇ ਕਿਤਾਬਾਂ ਜਿਹੜੀਆਂ ਸੀਗੀਆਂ ਬਾਲ ਲੀਲਾ ਸੰਗਤ ਜੋ ਜੀਵਨ ਚਰਿਤ ਇਹ ਸੀ ਅਤੇ ਅਗਲੀ ਜਿਹੜੀ ਸੀ ਵਿਰਲਾਪ ਗਜ਼ਲ ਸੰਗ੍ਰਹਿ। ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਇਹ ਸਕਰੀਨ 'ਤੇ ਵੀ ਕਿ ਇਹ ਇਹਨਾਂ ਦੀਆਂ ਦੋ ਕਿਤਾਬਾਂ ਹੁਣ ਤੱਕ ਆਈਆਂ ਅਤੇ ਜਿਹੜੀ ਸੰਪਾਦਨ ਉਹ ਪੰਜਾਬ ਰੋਇਆ ਕੀਤੀ ਸੀਗੀ। ਸੋ ਆਹ ਦੋ ਕਿਤਾਬਾਂ ਇਹਨਾਂ ਦੀਆਂ ਆ ਚੁੱਕੀਆਂ ਹੁਣ ਤੱਕ। ਸੋ ਸਰ ਅਸੀਂ ਤੁਹਾਡੇ ਨਾਲ ਹੁਣ ਗੱਲ ਕਰਦੇ ਹਾਂ ਕਿ ਆਪਾਂ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਤੁਹਾਡੀ ਕਿਹੜੀ ਆਪਾਂ ਗਜ਼ਲ ਨਾਲ ਜਾਂ ਕਿਹੜੀ ਉਸ ਤੋਂ ਸ਼ੁਰੂ ਕਰੀਏ? ਵੈਸੇ ਮੈਂ ਚਾਹਾਂਗਾ ਕਿ ਤੁਸੀਂ ਲਿਖੀ ਸੀ ਗੀਤਾ ਗ੍ਰੰਥ ਕੁਰਾਨ, ਆਪਾਂ ਚਾਹਾਂਗੇ ਵੀ ਤੁਸੀਂ ਉਸ ਆਪਣੀ ਨਜ਼ਮ ਤੋਂ ਆਪਣੀ ਗਜ਼ਲ ਤੋਂ ਇਸ ਪ੍ਰੋਗਰਾਮ ਦਾ ਆਗਾਜ਼ ਕਰੋ। ਜੀ ਇਹ ਰਚਨਾ ਜੀ ਮੈਂ ਉਦੋਂ ਹੀ ਲਿਖੀ ਜਦੋਂ ਬੜਾ ਦੁਖਾਂਤ ਵਾਪਰ ਰਿਹਾ ਸੀ ਪੰਜਾਬ ਦੇ ਵਿੱਚ ਕਾਲੇ ਦਿਨ। ਪੰਜਾਬ ਨੇ ਬੜਾ ਸੰਤਾਪ ਆਪਣੇ ਹੱਡੀ ਹੰਢਾਇਆ ਜੀ, ਹਰ ਅੱਖ ਰੋਈ, ਗਲੀਆਂ ਦੇ ਕੱਖ ਵੀ ਰੋਏ। ਉਹਨਾਂ ਸਮਿਆਂ ਦੇ ਵਿੱਚ ਮਨੁੱਖਤਾ ਨੂੰ ਇੱਕ ਉਪਦੇਸ਼ ਦੇਣ ਲਈ, ਲੋਕਾਂ ਨੂੰ ਇੱਕ ਸਾਂਝ ਪਕੇਰੀ ਰੱਖਣ ਲਈ ਮੈਂ ਇਹ ਸ਼ਬਦ ਲਿਖੇ। ਸੋ ਮਤਲਬ ਅਰਜ ਗੀਤਾ ਗ੍ਰੰਥ ਕੁਰਾਨ ਦੋਸਤੋ ਸਾਰੇ ਕਹਿੰਦੇ ਨੇ, ਗੀਤਾ ਗ੍ਰੰਥ ਕੁਰਾਨ ਦੋਸਤੋ ਸਾਰੇ ਕਹਿੰਦੇ ਨੇ, ਬਣੋ ਨੇਕ ਇਨਸਾਨ ਦੋਸਤੋ ਸਾਰੇ ਕਹਿੰਦੇ ਨੇ, ਵਾਹ ਏਕ ਪਿਤਾ ਏਕ ਸਕੇ ਹਮ ਬਾਰਕ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਹੈ, ਬਾਣੀ ਦਾ ਫੁਰਮਾਨ ਦੋਸਤੋ ਸਾਰੇ ਕਹਿੰਦੇ ਨੇ, ਆਪ ਜੀਓ ਤੇ ਜੀਣ ਦਿਓ ਹਰ ਇੱਕ ਨੂੰ ਦਿਲਦਾਰੋ। ਕਿਉਂਕਿ ਬੱਸਾਂ ਗੱਡੀਆਂ ਦੇ ਵਿੱਚੋਂ ਲਾਹ ਕੇ ਲੋਕਾਂ ਨੂੰ ਮਾਰਿਆ ਗਿਆ, ਘਰ ਘਰ ਦੇ ਵਿੱਚ ਹਿੰਸਾਤਮਕ ਘਟਨਾਵਾਂ ਦੇਖਣ ਨੂੰ ਮਿਲੀਆਂ, ਉਦੋਂ ਇਹ ਸ਼ਬਦ ਲਿਖੇ, ਆਪ ਜੀਓ ਤੇ ਜੀਣ ਦਿਓ ਹਰ ਇੱਕ ਨੂੰ ਦਿਲਦਾਰੋ, ਛੱਡੋ ਗਲਤ ਜ਼ੁਬਾਨ ਦੋਸਤੋ ਸਾਰੇ ਕਹਿੰਦੇ ਨੇ। ਮੈਨੂੰ ਇਹ ਕਹਿੰਦਿਆਂ ਦੁੱਖ ਵੀ ਹੋ ਰਿਹਾ ਕਿ ਉਹ ਜੋ 84 ਦਾ ਦੁਖਾਂਤ ਸੀ ਮੈਂ ਆਪਣੇ ਅੱਖੀ ਸਾਰਾ ਵੇਖਿਆ ਕਿ ਕੋਈ ਮੁੱਛ ਫੁੱਟ ਗੱਭਰੂ ਨਹੀਂ ਰਿਹਾ ਸੀ, ਇੰਨਾ ਇੰਨੀ ਕਤਲੋਗਾਰਤ ਹੋਈ। ਭੁੱਗ ਵਸਦਾ ਪੰਜਾਬ ਸੱਖਣਾ ਹੋਇਆ ਦਿਸਦਾ ਹੈ, ਜਾਪ ਰਿਹਾ ਸ਼ਮਸ਼ਾਨ ਦੋਸਤੋ ਸਾਰੇ ਕਹਿੰਦੇ ਨੇ, ਅੱਗ ਨਾਲ ਤਾਂ ਅੱਗ ਬੁਝਾਈ ਜਾਂਦੀ ਨਹੀਂ ਯਾਰੋ, ਅੱਗ ਨਾਲ ਤਾਂ ਅੱਗ ਬੁਝਾਈ ਜਾਂਦੀ ਨਹੀਂ ਯਾਰੋ, ਰਿਸ਼ੀ ਮੁਨੀ ਵਿਦਵਾਨ ਦੋਸਤੋ ਸਾਰੇ ਕਹਿੰਦੇ ਨੇ,
ਵੇਖੋ ਰੋਗੀ ਕਿੰਜ ਪਏ ਕਰਲਾਉਂਦੇ ਨਜ਼ਰੀ ਆਉਂਦੇ ਹਨ, ਵੇਖੋ ਰੋਗੀ ਕਿੰਜ ਪਏ ਕਰਲਾਉਂਦੇ ਨਜ਼ਰੀ ਆਉਂਦੇ ਹਨ, ਹੱਸ ਰਹੇ ਲੁਕਮਾਨ ਦੋਸਤੋ ਸਾਰੇ ਕਹਿੰਦੇ ਨੇ। ਮਕਤਾ ਅਰਜਾ ਜੀ, ਥੋੜ੍ਹੀ ਦੇਰ ਸੁਨੇਹੀ ਜੇ ਹਾਲ ਰਿਹਾ ਇੱਥੇ, ਥੋੜ੍ਹੀ ਦੇਰ ਸੁਨੇਹੀ ਜੇ ਇਹ ਹਾਲ ਰਿਹਾ ਇੱਥੇ, ਰੋਊ ਹਿੰਦੁਸਤਾਨ ਦੋਸਤੋ ਸਾਰੇ ਕਹਿੰਦੇ ਨੇ, ਰੋਊ ਹਿੰਦੁਸਤਾਨ ਦੋਸਤੋ ਸਾਰੇ ਕਹਿੰਦੇ ਨੇ। ਵਾਹ ਵਾਹ, ਬਹੁਤ ਬਹੁਤ ਅੱਛਾ ਜੀ, ਬਹੁਤ ਵਧੀਆ ਤੁਹਾਡੀ ਰਚਨਾ ਸੀ। ਔਰ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਰੋਊ ਸਾਰਾ ਹਿੰਦੁਸਤਾਨ ਸਾਰੇ ਲੋਕ ਕਹਿੰਦੇ ਨੇ। ਬਾਕੀ ਉਹ ਦੁਖਾਂਤ ਜਿਹੜਾ ਸੀਗਾ 84 ਦਾ, ਉਹ ਸਾਰਿਆਂ ਨੇ ਤੁਸੀਂ ਇਸ ਤਰ੍ਹਾਂ ਕਿਹਾ ਵੀ ਹੰਢਾਇਆ ਹੈ ਉਹ, ਤੁਸੀਂ ਦੇਖਿਆ ਆਪਣੀ ਅੱਖੀਂ ਸਾਰਾ ਕੁਛ, ਅਤੇ ਉਹ ਜਦੋਂ ਫਿਰ ਦੇਖਦਾ ਇਨਸਾਨ ਤਾਂ ਬਾਕੀ ਅੱਖ 'ਚੋਂ ਜਿਹੜੇ ਅੱਥਰੂ ਉਹ ਰੁਕਦੇ ਨਹੀਂ ਹੈਗੇ। ਸਰ, ਤੁਸੀਂ ਜਿਹੜਾ ਜ਼ਿਕਰ ਕੀਤਾ ਸੀ ਕਿ ਤੁਹਾਡੀ ਉਮਰ ਉਸ ਵੇਲੇ 22 ਸਾਲ ਦੀ ਸੀ ਜਦੋਂ ਤੁਸੀਂ ਇਹ ਦੁਖਾਂਤ ਸਾਰਾ ਦੇਖਿਆ ਉੱਥੇ, ਜੋ 84 'ਚ ਹੋਇਆ ਉਹ ਦੇਖਿਆ। ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਣੀ ਹੁਣੀ ਜ਼ਿਕਰ ਕੀਤਾ ਸੀ ਕਿ ਕੋਈ ਜਿਹੜਾ ਗੱਭਰੂ ਸੀ ਉਹ ਉੱਥੇ ਬਚਿਆ ਨਹੀਂ, ਜੋ ਕਤਲੇਆਮ ਉੱਥੇ ਹੋਏ ਆ, ਅਤੇ ਤੁਸੀਂ ਵੀ ਉਸ ਵੇਲੇ ਉਸ ਜਵਾਨੀ ਦੇ ਮੋੜ 'ਤੇ ਸੀਗੇ, ਤਾਂ ਕਿਸ ਤਰ੍ਹਾਂ ਦਾ ਤੁਹਾਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਮੁਸ਼ਕਿਲ ਤਾਂ ਨਹੀਂ ਆਈ ਉਹਦੇ ਵਿੱਚ? ਮੁਸ਼ਕਿਲਾਂ ਬੜੀਆਂ ਆਈਆਂ ਜੀ ਜੀ। ਸਟੈਨੋਗ੍ਰਾਫੀ ਦਾ ਡਿਪਲੋਮਾ ਕਰ ਰਿਹਾ ਸੀ ਮੈਂ ਬਠਿੰਡੇ ITI 'ਚ ਉਸ ਵਕਤ ਜੀ, ਅਤੇ ਮਾਤਾ ਜੀ ਨੇ ਰੋਕਣਾ ਕਿ ਤੁਸੀਂ ਨਹੀਂ ਜਾਣਾ ਪੜ੍ਹਾਈ ਦੇ ਉੱਤੇ ਵੀ। ਉਦੋਂ ਮਤਲਬ ਕਿ ਮਾਂ ਪਿਓ ਬੜੇ ਮਤਲਬ ਦੁਖੀ ਮਨ ਦੇ ਨਾਲ ਬੱਚਿਆਂ ਨੂੰ ਭੇਜਦੇ ਸਨ ਕਿ ਸਾਡੇ ਬੱਚੇ ਜਾ ਕਰ ਰਹੇ ਨੇ, ਪਤਾ ਨਹੀਂ ਵਾਪਸ ਆਉਣਗੇ ਕਿ ਨਹੀਂ ਕਾਲਜ ਤੋਂ ਜਾਂ ਕਿਸੇ ਸੰਸਥਾ 'ਚੋਂ ਪੜ੍ਹ ਕੇ। ਇੰਨਾ ਮਾਹੌਲ ਖਰਾਬ ਹੋਇਆ ਹੋਇਆ ਸੀ ਕਿਉਂਕਿ ਪਿੰਡਾਂ ਵਿੱਚ ਮੁਕਾਬਲੇ ਬਣਨੇ, ਕੋਈ ਸਾਜਨਾ ਨਿਕਲ ਕੇ। ਮੇਰੇ ਆਪਣੇ ਪਿੰਡ ਵਿੱਚ ਇਹ ਘਟਨਾਵਾਂ ਵਾਪਰੀਆਂ ਬਹੁਤ ਵੱਡੇ ਪੱਧਰ ਦੇ ਉੱਤੇ, ਮਤਲਬ ਕਈ ਮਤਲਬ ਮੌਤਾਂ ਹੋਈਆਂ ਇਸ ਤਰ੍ਹਾਂ ਦੀਆਂ ਜੀ ਜੀ। ਸੋ ਇਹ ਦੁਖਾਂਤ ਸੀ ਸਾਰਾ ਜੀ, ਵਾਕਈ ਇਹ ਬਹੁਤ ਦੁਖਾਂਤ ਦੀ ਗੱਲ ਸੀ ਉਸ ਵੇਲੇ। ਸੋ ਸਰ, ਅਸੀਂ ਹੁਣ ਗੱਲ ਕਰ ਰਹੇ ਤੁਹਾਡੇ ਨਾਲ, ਵੈਸੇ ਤੁਹਾਡਾ ਨਾ ਵੀਡੀਓ ਮੇਰੇ ਖਿਆਲ ਰੁਕ ਗਿਆ ਹੈ, ਅਤੇ ਤੁਸੀਂ ਇਹਨੂੰ ਦੁਬਾਰਾ ਕਨੈਕਟ ਕਰ ਲਓ ਮੇਰਾ ਖਿਆਲ, ਅਤੇ ਬਾਕੀ ਤੁਹਾਡੀ ਆਵਾਜ਼ ਸਾਨੂੰ ਆ ਰਹੀ ਲੇਕਿਨ ਤੁਹਾਨੂੰ ਤੁਹਾਡੀ ਵੀਡੀਓ ਨਹੀਂ ਚੱਲ ਰਹੀ ਹੈਗੀ, ਅਤੇ ਤੁਸੀਂ ਸਾਡੇ ਨਾਲ ਦੁਬਾਰਾ ਕਨੈਕਟ ਕਰ ਲਓ। ਅਤੇ ਪਿਆਰੇ ਦਰਸ਼ਕੋ, ਆਪਾਂ ਡਾਕਟਰ ਸਾਹਿਬ ਨਾਲ ਗੱਲ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰੀ ਜਾਣੀ ਹੈ, ਲੇਕਿਨ ਜੇ ਤੁਸੀਂ ਵੀ ਇਸ ਪ੍ਰੋਗਰਾਮ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਨੰਬਰ ਹੈ ਉਹ ਸਕਰੀਨ 'ਤੇ ਸਕਰੋਲ ਹੋ ਰਿਹਾ ਹੈ, 01212690064, ਤੁਸੀਂ ਇਸ 'ਤੇ ਕਾਲ ਕਰ ਸਕਦੇ ਹੋ ਔਰ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ। ਸਰ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਨਹੀਂ ਲੱਗਦਾ ਸਰ ਦਾ ਕਨੈਕਸ਼ਨ ਡਿਸਕਨੈਕਟ ਹੋ ਗਿਆ। ਸੋ ਜਦ ਤੱਕ ਉਹ ਦੁਬਾਰਾ ਕਨੈਕਟ ਹੁੰਦੇ ਆ ਆਪਾਂ ਗੱਲ ਕਰਦੇ ਹਾਂ। ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਕਾਫੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਬਠਿੰਡੇ ਵਿੱਚ, ਇਹਨਾਂ ਨੇ ਇੱਕ ਕਿਸੇ ਦੇ ਦਿਮਾਗ ਦਾ ਜਿੱਦਾਂ ਜਵਾਈ ਦਾ ਆਪਾਂ ਕਰ ਲਈਏ ਨਸ਼ਾ ਛੁਡਾਇਆ ਸੀ, ਅਤੇ ਉਸ ਪਰਿਵਾਰ ਨੇ ਇਹਨਾਂ ਨੂੰ ਉੱਥੇ ਜ਼ਮੀਨ ਦਿੱਤੀ ਔਰ ਜਿਸ ਜ਼ਮੀਨ ਵਿੱਚ ਇਹ ਮਨੁੱਖਤਾ ਦਾ ਘਰ ਜੋ ਬਠਿੰਡੇ ਵਿੱਚ ਹੈ ਉੱਥੇ ਚਲਾ ਰਹੇ ਨੇ। ਮੈਂ ਕਿਹਾ 2000 ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ 2000 ਗਜ਼ ਉਹਨਾਂ ਨੇ ਜ਼ਮੀਨ ਦਿੱਤੀ ਸੀ ਅਤੇ ਉਹਦੇ ਵਿੱਚ ਇਹ ਮੁਕਤਾ ਦਾ ਘਰ ਚਲਾ ਰਿਹਾ। ਉੱਥੇ ਤਕਰੀਬਨ ਹਰ ਬੇਸਹਾਰਾ ਜੋ ਹੈਗਾ ਆ ਉੱਥੇ ਉਹ ਆਉਂਦੇ ਆ, ਅਤੇ ਉਹਨਾਂ ਦੀ ਸੇਵਾ ਹੁੰਦੀ ਆ, ਘਰ ਬਾਰ ਬਣਾਏ ਉਹਨਾਂ ਨੇ, ਉੱਥੇ ਕਮਰੇ ਬਣਾਏ ਹੋ ਆ, ਉੱਥੇ ਰਹਿ ਰਹੇ ਨੇ ਅਤੇ ਹਰ ਤਰੀਕੇ ਦੇ ਨਾਲ ਇਹ ਉੱਥੇ ਸੇਵਾ ਕਰਦੇ ਨੇ। ਇਸ ਤਰ੍ਹਾਂ ਦੇ ਸ਼ਖਸੀਅਤ ਨੇ ਇਹ, ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਕਾਫੀ ਵਧੀਆ ਲਿਖਦੇ ਨੇ, ਦੀਪਕ ਜਤੋਹੀ ਜੀ ਇਹਨਾਂ ਦੇ ਜਿਹੜੇ ਸੀ ਉਸਤਾਦ ਸੀਗੇ, ਉਹਨਾਂ ਦੇ ਨਾਲ ਇਹਨਾਂ ਨੇ ਇਹ ਜੋ ਲਿਖਿਆ ਵੀ ਹੈ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਿਹੜੀ ਸ਼ੇਰ ਏ ਪੰਜਾਬ ਇੰਟਰਨੈਸ਼ਨਲ ਅਵਾਰਡ ਇਹਨਾਂ ਨੂੰ ਜਦੋਂ ਮਿਲਿਆ ਸੀ ਸਾਂਝੀ ਬੈਠਕ ਪਾਕਿਸਤਾਨ ਤੋਂ, ਉੱਥੇ ਵੀ ਇਹ ਜਾ ਕੇ ਕਵੀ ਦਰਬਾਰ ਕਰਦੇ ਨੇ, ਕਿਉਂਕਿ ਉਹ ਜਦੋਂ ਉੱਥੇ ਜਾਂਦੇ ਨੇ ਕਵੀ ਦਰਬਾਰ ਹੁੰਦਾ ਇਹਨਾਂ ਦਾ,
ਤੇ ਕਵੀ ਦਰਬਾਰ ਵਿੱਚ ਇਹ ਕਿਉਂਕਿ ਉੱਥੇ ਜਿਹੜੇ ਬਾਬਾ ਨਜ਼ਮੀ ਜੀ ਆ ਉਹਨਾਂ ਨਾਲ ਇਹ ਜਾਂਦੇ ਆ ਉੱਥੇ, ਅਤੇ ਉਹ ਜਿਹੜਾ ਕਵੀ ਦਰਬਾਰ ਕਰਾਉਂਦੇ ਆ ਉੱਥੇ ਜਾ ਕੇ, ਇੱਧਰੋਂ ਇਹ ਜਥੇ ਲੈ ਕੇ ਜਾਂਦੇ ਆ ਕਵੀ ਲੈ ਕੇ ਜਾਂਦੇ, ਜਿਸ ਤਰ੍ਹਾਂ ਪਹਿਲਾਂ ਵੀ ਉਹਨਾਂ ਨੇ ਆ ਕੇ ਸਾਡੇ ਨਾਲ ਇੱਥੇ ਜ਼ਿਕਰ ਕੀਤਾ ਸੀ ਕਿ ਤਕਰੀਬਨ 50 ਤੋਂ 60 ਜਿਹੜੇ ਕਵੀ ਵੀਰ ਸੀ ਵਿੱਚ ਕਵਿਤਰੀਆਂ ਸੀਗੀਆਂ ਉਹ ਸਾਰੇ ਉੱਥੇ ਗਏ ਸੀ, ਅਤੇ ਸਾਂਝੇ ਪੰਜਾਬ ਦੀ ਇੱਕ ਬੈਠਕ ਜਿੱਥੇ ਪਾਕਿਸਤਾਨ 'ਚ ਕਰਤਾਰਪੁਰ ਸ਼੍ਰੀ ਕਰਤਾਰਪੁਰ ਸਾਹਿਬ 'ਚ ਜਿੱਥੇ ਹੁੰਦੀ ਹੈ ਉੱਥੇ ਜਾ ਕੇ ਇਹ ਪ੍ਰੋਗਰਾਮ ਕਰਦੇ ਨੇ, ਅਤੇ ਇਸ ਤਰ੍ਹਾਂ ਦੀ ਇਹ ਸਮਾਜਿਕ ਜਿਹੜੀ ਇਹ ਆਪਣੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ। ਮੈਂ ਟੀਮ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜੇ ਉਹਨਾਂ ਦੇ ਨਾਲ ਕਨੈਕਟ ਹੋ ਗਿਆ ਤਾਂ ਸਾਡੀ ਗੱਲ ਕਰਾਈ ਜਾਵੇ। ਹਾਂਜੀ ਸਰ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਬਿਲਕੁਲ ਜੀ, ਆ ਰਹੀ ਹੈ ਜੀ ਆਵਾਜ਼ ਤੁਹਾਡੀ। ਹਾਂਜੀ ਆਵਾਜ਼ ਤੇ ਸਰ, ਜੇ ਅਗਰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਨਾ, ਤੇ ਤੁਸੀਂ ਦੱਸੋ ਵੀ ਜਿਹੜੀ ਤੁਹਾਡੀ ਅਗਲੀ ਜਿਹੜੀ ਨਜ਼ਮ ਹੈ ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈਗਾ ਰੋਇਆ ਬਹੁਤ ਪੰਜਾਬ, ਆਪਾਂ ਉਹਦੀ ਗੱਲ ਕਰ ਲਈਏ। ਰੋਇਆ ਬਹੁਤ ਪੰਜਾਬ ਜਿਹੜੀ ਸੀਗੀ ਚੱਲੀ ਹੈ ਤੁਹਾਡੀ ਜਿਹੜੀ ਸੀਗੀ, ਇਹਨੂੰ ਵੀ ਕਾਫੀ ਮਾਣ ਮਿਲਿਆ ਇਸ ਰਚਨਾ ਨੂੰ। ਮੈਂ ਚਾਹਾਂਗਾ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਲਓ, ਰੋਇਆ ਬਹੁਤ ਪੰਜਾਬ ਜਿਹੜੀ ਹੈ ਸਾਡੇ ਦਰਸ਼ਕਾਂ ਨਾਲ ਉਹ ਵੀ ਸਾਂਝੀ ਕਰੋ। ਰਚਨਾ ਵੀ ਬੜੀ ਮਕਬੂਲ ਹੋਈ, ਤੁਸੀਂ ਹਾਂਜੀ ਤੁਹਾਨੂੰ ਸਾਡੀ ਆਵਾਜ਼ ਆ, ਤੁਸੀਂ ਬੋਲੀ ਜਾਓ ਜੀ। ਅੱਗ ਤੇ ਰੱਖ ਗੁਲਾਬ, ਕਿਸੇ ਨੇ ਬਾਤ ਨਾ ਪੁੱਛੀ। ਹਿੰਸਾ ਦੀ ਇਸ ਅੱਗ ਨੇ ਲੱਖਾਂ ਲੋਕੀ ਰੂਹ ਸੁੱਟੇ, ਆਉਂਦਾ ਨਹੀਂ ਹਿਸਾਬ, ਕਿਸੇ ਨੇ ਬਾਤ ਨਾ ਪੁੱਛੀ। ਦਿਸਦੇ ਨਹੀਂ ਉਹ ਰਹਿਬਰ, ਕਿੱਥੇ ਉਹ ਮਰ ਮੁੱਕ ਗਏ। ਦਿਸਦੇ ਨਹੀਂ ਉਹ ਰਹਿਬਰ, ਕਿੱਥੇ ਉਹ ਮਰ ਮੁੱਕ ਗਏ। ਰਾਹੀਂ ਡੋਲ ਪੰਜਾਬ, ਕਿਸੇ ਨੇ ਬਾਤ ਨਾ ਪੁੱਛੀ। ਕੁਰਸੀ ਖਾਤਰ ਲੜ ਮਰਦੇ ਹਾਕਮ ਹਨ ਇੱਥੇ, ਕੁਰਸੀ ਖਾਤਰ ਲੜ ਮਰਦੇ ਹਾਕਮ ਹਨ ਇੱਥੇ। ਜਨਤਾ ਹੈ ਬੇਤਾਬ, ਕਿਸੇ ਨੇ ਬਾਤ ਨਾ ਪੁੱਛੀ। ਸੁਰਗਾਂ ਤੋਂ ਵੱਧ ਸੋਹਣਾ ਸੀ ਪੰਜਾਬ ਕਦੇ ਯਾਰੋ, ਸੁਰਗਾਂ ਤੋਂ ਵੱਧ ਸੋਹਣਾ ਸੀ ਪੰਜਾਬ ਕਦੇ ਯਾਰੋ। ਲਾ ਕੇ ਦਿਸਦੀ ਆਪ, ਕਿਸੇ ਨੇ ਬਾਤ ਨਾ ਪੁੱਛੀ। ਰੌਣਕ ਦਿਸਦੀ ਨਹੀਂ ਕਿਸੇ ਵੀ ਚਿਹਰੇ ਦੇ ਉੱਤੇ, ਰੌਣਕ ਦਿਸਦੀ ਨਹੀਂ ਕਿਸੇ ਵੀ ਚਿਹਰੇ ਦੇ ਉੱਤੇ। ਹਰ ਚਿਹਰਾ ਬੇਆਬ, ਕਿਸੇ ਨੇ ਬਾਤ ਨਾ ਪੁੱਛੀ। ਪਿਆਰ ਮੁਹੱਬਤ ਅਮਨ ਸ਼ਾਂਤੀ ਹਰ ਇੱਕ ਸ਼ਖਸ ਲਈ, ਪਿਆਰ ਮੁਹੱਬਤ ਅਮਨ ਸ਼ਾਂਤੀ ਹਰ ਇੱਕ ਸ਼ਖਸ ਲਈ, ਬਣ ਗਏ ਨੇ ਹੁਣ ਖਾਬ, ਕਿਸੇ ਨੇ ਬਾਤ ਨਾ ਪੁੱਛੀ। ਮਖਤਾਰ ਜੀ, ਜਿਸ ਪੰਜਾਬ ਨੇ ਸਭ ਦੀ ਪੀੜ ਸੁਨੇਹੀ ਬੰਦੀ ਹੈ, ਜਿਸ ਪੰਜਾਬ ਨੇ ਸਭ ਦੀ ਪੀੜ ਸੁਨੇਹੀ ਬੰਦੀ ਹੈ, ਹੁਣ ਤੱਕ ਉਹਦੀ ਜਨਾਬ, ਕਿਸੇ ਨੇ ਬਾਤ ਨਾ ਪੁੱਛੀ। ਹੁਣ ਤੱਕ ਉਹਦੀ ਜਨਾਬ, ਕਿਸੇ ਨੇ ਬਾਤ ਨਾ ਪੁੱਛੀ। ਕਿਆ ਬਾਤ ਹੈ, ਬਹੁਤ ਵਧੀਆ ਰਚਨਾ ਸੀ ਵੀ ਹੁਣ ਤੱਕ ਕਿਸੇ ਨੇ ਯਾਰੋ ਬਾਤ ਨਾ ਪੁੱਛੀ, ਰੱਖ ਕੇ ਗੁਲਾਬ ਅੱਗ ਤੇ ਕਿਸੇ ਨੇ ਬਾਤ ਨਾ ਪੁੱਛੀ। ਵਾਕਈ ਉਹ ਦੁਖਾਂਤ ਤੁਹਾਡੀ ਰਚਨਾ 'ਚ ਵੀ ਨਜ਼ਰ ਆਉਂਦਾ ਜੋ ਤੁਸੀਂ ਦੇਖਿਆ ਸੀਗਾ। ਸਰ, ਅਸੀਂ ਗੱਲ ਕਰ ਰਹੇ ਸੀ ਤੁਹਾਡੇ ਮਨੁੱਖਤਾ ਦੇ ਘਰ ਦੀ, ਜਿਹੜੀ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਕਿੰਨੇ ਕੁ ਇਸ ਵੇਲੇ ਬੇਸਹਾਰਾ ਜਿਹੜੇ ਹੈ ਉੱਥੇ ਜਿਹਨਾਂ ਦੀ ਤੁਸੀਂ ਸੇਵਾ ਕਰ ਰਹੇ ਹੋ, ਜਿਹੜੇ ਰਹਿ ਰਹੇ ਨੇ ਉੱਥੇ, ਔਰ ਇਹ ਜਿਹੜਾ ਸਾਰਾ ਪੈਸਾ ਕਿੱਦਾਂ ਤੁਸੀਂ ਕਰਦੇ ਹੋ ਉੱਥੇ? 20 ਦੇ ਕਰੀਬ ਉੱਥੇ ਲੇਡੀਜ਼ ਤੇ ਜੈਂਟਸ ਜਿਹੜੇ ਬੇਸਹਾਰਾ ਨੇ ਉਹ ਰਹਿ ਰਹੇ ਨੇ।
ਜੀ ਔਰ ਇੱਕ ਤੇ ਮੈਨੂੰ ਬੜੀ ਬੜਾ ਅਜੀਬ ਜੀ ਗੱਲ ਮੈਨੂੰ ਮਤਲਬ ਕਿ ਕਹਿਣੀ ਪੈ ਰਹੀ ਹੈ। ਮੇਰੇ ਕੋਲ ਇੱਕ ਬਜ਼ੁਰਗ ਮਾਤਾ ਆਈ ਜੋ ਹੁਣ ਨਹੀਂ ਹੈ, ਹੁਣ ਚਲਾਣਾ ਕਰ ਚੁੱਕੀ ਹੈ। ਜੀ ਮੈਂ ਪਿੰਡ ਦਾ ਨਾਮ ਨਾ ਲਵਾਂ ਸਤਿਕਾਰ ਵਜੋਂ, ਚਲੋ ਇਹਦੇ ਵਿੱਚ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੋਣੀ। ਜੀ ਜੀ ਉਹ ਮਾਤਾ ਮੈਨੂੰ ਆਈ ਕਹਿਣ ਲੱਗੀ ਮੇਰੀ ਅੱਖਾਂ ਦਾ ਆਪਰੇਸ਼ਨ ਹੋਇਆ ਤੇ ਮੈਂ ਦਵਾਈ ਲੈ ਕੇ ਆਈ, ਤੇ ਮੇਰੀ ਨੂੰਹ ਨੇ ਕਹਿਣ ਲੱਗੀ ਉਹ ਦਵਾਈ ਚੁੱਕ ਕੇ ਉਹ ਸ਼ੀਸ਼ੀਆਂ ਉਹਦੇ ਵਿੱਚ ਸਪਰੇਅ ਪਾ ਦਿੱਤੀ। ਅੱਛਾ ਜੀ ਸਰ, ਥੋੜ੍ਹੀ ਆਵਾਜ਼ ਬੰਦ ਹੋ ਗਈ ਹੈ। ਜੇ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਤਾਂ ਤੁਸੀਂ ਦੁਬਾਰਾ ਇੱਕ ਵਾਰੀ ਕਨੈਕਟ ਕਰ ਲਓ ਫੋਨ ਨੂੰ, ਆਪਣੇ ਬੇਟੇ ਨੂੰ ਕਹਿ ਦਿਓ ਕਿ ਉਹ ਦੁਬਾਰਾ ਕਨੈਕਟ ਕਰ ਦੇਵੇ ਫੋਨ ਨੂੰ ਤੁਹਾਡੇ ਨਾਲ। ਅਤੇ ਜਦ ਤੱਕ ਸਾਨੂੰ ਕਾਲ ਆ ਰਹੀ ਹੈ ਕਿ ਮੇਰਾ ਖਿਆਲ ਤਾਂ ਆਪਾਂ ਕਾਲ ਲੈ ਲੈਂਦੇ ਹਾਂ, ਤੁਸੀਂ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਪਲੀਜ਼ ਇੱਕ ਵਾਰੀ ਦੁਬਾਰਾ ਆਪਣੇ ਬੇਟੇ ਨੂੰ ਕਹੋ ਕਿ ਇਹਨੂੰ ਕਨੈਕਟ ਕਰ ਲੈਣ ਫੋਨ ਨਾਲ। ਪ੍ਰਦੇਸ਼ ਕੋ ਤੁਹਾਨੂੰ ਪਤਾ ਹੈ ਕਿ ਇੰਡੀਆ ਇਸ ਵੇਲੇ ਕਾਫੀ ਸਮੇਂ ਹੋ ਗਿਆ ਅਤੇ ਉੱਥੋਂ ਜਿਹੜੀ ਆ ਕਈ ਵਾਰੀ ਇੰਟਰਨੈਟ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਸਾਡੇ ਇੰਡੀਆ ਤੋਂ ਜੁੜੇ ਨੇ। ਸੋ ਆਪਾਂ ਜਦ ਤੱਕ ਲੈਂਦੇ ਹਾਂ ਕਾਲ, ਕਾਲ ਆ ਗਈ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਅਤੇ ਤੁਹਾਡੇ ਬਹੁਤ ਸਤਿਕਾਰਯੋਗ ਮਹਿਮਾਨ ਜੀ ਬਲਵੀਰ ਸਿੰਘ ਹੋਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ, ਭੀਟ ਵਰਦ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਭੋਗਲ ਜੀ ਤੁਹਾਨੂੰ। ਸੋ ਹਾਂ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਧੰਨਵਾਦ ਜੀ। ਅਤੇ ਡਾਕਟਰ ਸਾਹਿਬ ਦੇਖੋ, ਤੁਸੀਂ ਜਿਹੜੀ ਗੱਲ ਕੀਤੀ ਸੀ ਨਾ, ਜਿਹੜੇ ਅਨਮੋਲ ਖਜ਼ਾਨੇ 'ਚ ਤੁਸੀਂ ਜਿਹੜੀ ਗੱਲਾਂ ਕੀਤੀਆਂ ਸੀ, ਉਹਨਾਂ 'ਚੋਂ ਇੱਕ ਇਹ ਸੀਗਾ ਕਿ ਜਿੱਦਾਂ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਲੋਕ ਪਿਆਰ ਕਰਨ, ਪਰ ਤੁਹਾਨੂੰ ਵੀ ਉੱਦਾਂ ਪਿਆਰ ਕਰਨਾ ਪੈਣਾ ਜੀ। ਵਾਕਈ ਹੈ ਕਿ ਨਹੀਂ ਜੀ? ਜੀ ਜੀ ਬਿਲਕੁਲ। ਹੱਥ ਨੂੰ ਆਪਾਂ ਪੰਜਾਬੀ ਦੇ ਵਿੱਚ ਅਖਾਣ ਵੀ ਹੈਗਾ ਵੀ ਹੱਥ ਨੂੰ ਹੱਥ ਵਾਹੇ। ਹਾਂਜੀ, ਜੇ ਤੁਸੀਂ ਖਾਸ ਬਣਨਾ ਚਾਹੁੰਦੇ ਹਾਂ ਤਾਂ ਹਰ ਆਮ ਨਾਲ ਪਿਆਰ ਵੀ ਕਰਨਾ ਪੈਣਾ। ਵਾਕਈ ਵਾਕਈ ਉਹ ਜੇ ਆਪਾਂ ਚਾਹੁੰਦੇ ਹਾਂ ਵੀ ਕੋਈ ਸਾਨੂੰ ਇੱਜ਼ਤ ਨਾ ਮਿਲਾਵੇ ਤਾਂ ਸਾਨੂੰ ਇੱਜ਼ਤ ਦੇਣੀ ਵੀ ਪੈਣੀ ਹੈ। ਬਿਲਕੁਲ ਬਿਲਕੁਲ, ਇੱਕ ਕਾਇਦਾ ਕਾਨੂੰਨ ਆ, ਕਾਇਦਾ ਯਾਦ ਦਾ ਕਾਨੂੰਨ ਆ, ਇਹ ਤਾਂ ਸਾਨੂੰ ਚੱਲਣਾ ਪੈਣਾ। ਜਿੱਦਾਂ ਤੁਸੀਂ ਕਿਹਾ, ਭਾਈ ਸਾਹਿਬ ਨੇ ਕਿਹਾ ਵੀ ਇੱਕ ਪਿਤਾ ਇੱਕ ਸਕੇਮ ਬਾਰਕ, ਆਪਾਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਇਹਦੀ ਕਮਾਈ ਨਹੀਂ ਹੋ ਰਹੀ। ਕਮਾਈ ਤੋਂ ਮੇਰਾ ਭਾਵ ਆ ਅਮਲ ਨਹੀਂ ਹੋ ਰਿਹਾ। ਵਾਕਈ ਜਿੰਨਾ ਚਿਕਰ ਅਮਲ ਨਹੀਂ ਹੁੰਦਾ ਨਾ, ਥਿਊਰੀ ਐਂਡ ਪ੍ਰੈਕਟਿਸ ਦੇ ਆਰ ਟੂ ਡਿਫਰੈਂਟ ਥਿੰਗਸ ਜੀ। ਕਹਿਣੀ ਤੇ ਕਰਨੀ ਜਿਹਨੂੰ ਪੰਜਾਬੀ ਚ ਕਹਿੰਦੇ ਆ, ਟੂ ਡਿਫਰੈਂਟ ਥਿੰਗਸ, ਜਦੋਂ ਇਹ ਇੱਕ ਹੋ ਜਾਣ ਤੇ ਫਿਰ ਸੁੱਖੇ ਆਨੰਦ ਹੀ ਆਨੰਦ। ਜੀ ਜੀ ਵਾਕਈ। ਸੋ ਕਹਿਣੀ ਤੇ ਲਓ ਮੈਂ ਇਹ ਥੋੜੀ ਲਾਈਨਾਂ ਬੋਲਾਂ ਜੀ। ਇਰਸ਼ਾਦ ਜੀ ਆ ਜਾਓ। ਲਿਖਿਆ ਬਈ, ਸਾਦਕ ਇਸ਼ਕ ਹੈ ਰੱਬ ਦਾ ਨਾਂ ਦੂਜਾ, ਵਾਹ, ਸਾਦਕ ਇਸ਼ਕ ਹੈ ਰੱਬ ਦਾ ਨਾਂ ਦੂਜਾ, ਬਾਕੀ ਝੂਠੇ ਨੇ ਸਭ ਪ੍ਰਚਾਰ ਬੰਦੇ। ਓਏ ਖਾਸ ਬਣਨ ਦੀ ਜੇਕਰ ਖਾਹਿਸ਼ ਤੇਰੀ, ਹਰ ਆਮ ਨਾਲ ਕਰ ਪਿਆਰ ਬੰਦੇ, ਤੂੰ ਹਰ ਆਮ ਨਾਲ ਕਰ ਪਿਆਰ ਬੰਦੇ। ਵਾਹ, ਜੇ ਪਿਆਰ ਕਰੇਗਾ ਤਾਂ ਤਾਂ ਨੀ ਲੋਕ ਪਿਆਰ ਕਰਨਗੇ ਜੀ। ਵਾਕਈ ਜਿਹੜਾ ਤੁਸੀਂ ਅਨਮੋਲ ਖਜ਼ਾਨੇ ਜੋ ਗੱਲ ਦੱਸੀ ਆ ਜੀ, ਅੱਗੇ ਲਿਖਿਆ ਵੀ ਸਦਾ ਰਹਿਣਾ ਨੇ ਇਸ ਜਹਾਨ ਅੰਦਰ, ਭੇਖ ਪਖੰਡ ਦੀ ਭਲਾ ਲੋੜ ਕੀ ਏ, ਕਸਵੱਟੀ ਗੁਰਮਤ ਦੀ ਜ਼ਰਾ ਤੋਲ ਵੇਖੋ, ਭਗਤ ਅਤੇ ਸੰਸਾਰੀ ਦਾ ਜੋੜ ਕੀ ਏ। ਵਾਹ ਸ਼ੁਕਰੀਆ। ਕਾਇਨਾਤ ਦੇ ਕਾਦਰ ਨੂੰ ਕਰ ਸਜਦਾ, ਕਾਇਨਾਤ ਦੇ ਕਾਦਰ ਨੂੰ ਕਰ ਸਜਦਾ, ਜਿਸਨੇ ਨੱਕੋ ਨੱਕ ਭਰੇ ਭੰਡਾਰ ਤੇਰੇ, ਉਹ ਆਪਣੀ ਅਕਲ ਤੇ ਜਿਹੜਾ ਮਾਣ ਕਰਦਾ ਉਹ ਵੀ ਝੂਠਾ ਏ ਪੱਲੇ ਹੰਕਾਰ ਤੇਰੇ। ਵਾਹ ਵਾਹ। ਛਿੱਕੇ ਟੰਗ ਛਲ ਛਲੇ ਮਿਆਂ ਨੂੰ, ਛਿੱਕੇ ਟੰਗ ਛਲ ਛਲੇ ਮਿਆਂ ਨੂੰ, ਉੱਚਾ ਕਰ ਆਪਣਾ ਕਿਰਦਾਰ ਬੰਦੇ, ਓਏ ਸਾਧਕ ਇਸ਼ਕ ਹੈ ਰੱਬ ਦਾ ਨਾਂ ਦੂਜਾ, ਬਾਕੀ ਝੂਠੇ ਨੇ ਸਭ ਪ੍ਰਚਾਰ ਬੰਦੇ,
ਬਈ ਖਾਸ ਬਣਨ ਦੀ ਜੇਕਰ ਖਾਹਿਸ਼ ਤੇਰੀ, ਹਰ ਆਮ ਨਾਲ ਕਰ ਪਿਆਰ ਬੰਦੇ, ਤੂੰ ਹਰ ਆਮ ਨਾਲ ਕਰ ਪਿਆਰ ਬੰਦੇ। ਬਈ ਤਾਂ ਬਹੁਤ ਸ਼ੁਕਰੀਆ ਟਕ ਸਾਹਿਬ। ਬਈ ਧਨ ਸੰਪਤੀ ਹੈ ਕਦੋਂ ਸਕੂਨ ਦਿੰਦੀ, ਧਨ ਸੰਪਤੀ ਹੈ ਕਦੋਂ ਸਕੂਨ ਦਿੰਦੀ, ਐਵੇਂ ਹਾਏ ਹਾਏ ਬੰਦੇ ਨੇ ਲਾਈ ਹੁੰਦੀ, ਨਾਮ ਧਨ ਦੀਆਂ ਬਰਕਤਾਂ ਉਹੀ ਜਾਣੇ ਜਿਸਨੇ ਕੀਤੀ ਉਹਦੀ ਕਮਾਈ ਹੁੰਦੀ। ਮੈਂ ਕਮਾਈ ਦੀ ਗੱਲ ਕਰਕੇ ਹਟਿਆ ਸੀ, ਇੱਕ ਪਿਤਾ ਇੱਕ ਵਾਰ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਕਹਿੰਦੇ ਹਾਂ, ਪਰ ਕਮਾਈ ਨਹੀਂ ਹੋ ਰਹੀ। ਜੀ ਜੀ ਵਾਕਈ। ਧਨ ਸੰਪਤੀ ਹੈ ਕਦੋਂ ਸਕੂਨ ਦਿੰਦੀ, ਐਵੇਂ ਹਾਏ ਹਾਏ ਬੰਦੇ ਨੇ ਲਾਈ ਹੁੰਦੀ, ਉਹ ਨਾਮ ਧਨ ਦੀਆਂ ਬਰਕਤਾਂ ਉਹੀ ਜਾਣੇ ਜਿਸਨੇ ਕੀਤੀ ਉਹਦੀ ਕਮਾਈ ਹੁੰਦੀ। ਬਈ ਨਾਸ਼ਵਾਨ ਜਹਾਨ ਭਲਾ ਦਏਗਾ ਕੀ, ਨਾਸ਼ਵਾਨ ਜਹਾਨ ਭਲਾ ਦਏਗਾ ਕੀ, ਸਿਰਜਣਹਾਰ ਤੇ ਪੱਕਾ ਵਿਸ਼ਵਾਸ ਰੱਖ, ਉਹਦੇ ਭਾਣੇ ਅੰਦਰ ਹੈ ਬ੍ਰਹਿਮੰਡ ਸਾਰਾ, ਹਰਦਮ ਉਸ ਦੀ ਟੇਕ ਤੇ ਆਸ ਰੱਖ। ਬਈ ਪੱਥਰਾਂ ਵਿੱਚ ਵੀ ਜਿਹੜਾ ਕਰੇ ਰਾਖੀ, ਤਖ ਸਾਹਿਬ ਪੱਥਰਾਂ ਵਿੱਚ ਵੀ ਜਿਹੜਾ ਕਰੇ ਰਾਖੀ, ਬੁਣਿਆ ਰਹੋ ਉਹਦਾ ਵਫਾਦਾਰ ਬੰਦੇ, ਉਹ ਸਾਧਕ ਇਸ਼ਕ ਹੈ ਰੱਬ ਦਾ ਨਾਂ ਦੂਜਾ, ਬਾਕੀ ਝੂਠੇ ਲਿਖਾ ਪ੍ਰਚਾਰ ਬੰਦੇ। ਬਈ ਖਾਸ ਬਣਨ ਦੀ ਜੇਕਰ ਖਾਹਿਸ਼ ਤੇਰੀ, ਹਰ ਆਮ ਨਾਲ ਕਰ ਪਿਆਰ ਬੰਦੇ, ਤੂੰ ਹਰ ਆਮ ਨਾਲ ਕਰ ਪਿਆਰ ਬੰਦੇ। ਡਾਕਟਰ ਸਾਹਿਬ ਆਖਰੀ ਬੰਦ ਬੋਲ ਕੇ ਤੁਹਾਤੋਂ ਲਿਖਿਆ ਵੀ ਇਸ ਮਨ ਮੋਹਣੀ ਮਾਇਆ ਨੇ ਤੇਰੀ ਮੱਤ ਮਾਰੀ, ਇਸ ਮਨ ਮੋਹਣੀ ਮਾਇਆ ਨੇ ਤੇਰੀ ਮੱਤ ਮਾਰੀ, ਮੇਰੀ ਮੇਰੀ ਵਿੱਚ ਜਨਮ ਗਵਾ ਲਿਆ ਤੂੰ, ਐਬਾਂ ਔਗਲਾਂ ਨਾਲ ਡੂੰਘੀ ਪ੍ਰੀਤ ਪਾ ਕੇ ਫਾਹਾ ਉਹਨਾਂ ਦਾ ਗਲ ਪਵਾ ਲਿਆ ਤੂੰ, ਪਵਾ ਲਿਆ ਤੂੰ। ਜਿਹੜੀ ਜਿਹੜੇ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਹੀ ਨੀ। ਇਸ ਅਨਮੋਲ ਇਸ ਮਨਮੋਹਣੀ ਮਾਇਆ ਨੇ ਤੇਰੀ ਮੱਤ ਮਾਰੀ, ਮੇਰੀ ਮੇਰੀ ਵਿੱਚ ਜਨਮ ਗਵਾ ਲਿਆ ਤੂੰ, ਉਹ ਐਬਾਂ ਔਗੁਣਾਂ ਨਾਲ ਡੂੰਘੀ ਪ੍ਰੀਤ ਪਾ ਕੇ ਫਾਹਾ ਉਹਨਾਂ ਦਾ ਗਲ ਪਵਾ ਲਿਆ ਤੂੰ, ਉਹ ਖੇ ਛਾਣਿਆ ਪੱਲੇ ਨਾ ਕੁਝ ਪੈਂਦਾ, ਖੇ ਛਾਣਿਆ ਪੱਲੇ ਨਾ ਕੁਝ ਪੈਂਦਾ, ਹੋਸ਼ ਨਾਲ ਹੀ ਸਦਾ ਹੁਸ਼ਿਆਰ ਹੋਈਏ, ਉਹ ਛਾਇਆ ਰੁੱਖ ਦੀ ਵਾਂਗ ਹੈ ਜੱਗ ਸਾਰਾ, ਉੱਚੀ ਸੋਚ ਨਾਲ ਸਦਾ ਸਚਿਆਰ ਹੋਈਏ, ਬਈ ਉੱਚੀ ਹੋਸ਼ ਨਾਲ ਸੋਚ ਨਾਲ ਸਦਾ ਸਚਿਆਰ ਹੋਈਏ। ਬਈ ਲੱਖ ਟੱਕਰਾਂ ਭਾਵੇਂ ਮਾਰ ਭੋਗਲ, ਟਕ ਸਾਹਿਬ ਆਖਰੀ ਪੰਕਤੀ ਆ ਲਾਈਨ ਵਾ, ਬਈ ਲੱਖ ਟੱਕਰਾਂ ਭਾਵੇਂ ਮਾਰ ਭੋਗਲ, ਮੁੱਲ ਮਿਲੇ ਨਾ ਮਾਣ ਸਤਿਕਾਰ ਬੰਦੇ, ਕਿਉਂ ਨੀ ਮਿਲਣਾ, ਕਿਉਂਕਿ ਖਾਸ ਬਣਨ ਦੀ ਜੇਕਰ ਖਾਹਿਸ਼ ਤੇਰੀ, ਹਰ ਆਮ ਨਾਲ ਕਰ ਪਿਆਰ ਬੰਦੇ, ਓਏ ਖਾਸ ਬਣਨ ਦੀ ਜੇਕਰ ਖਾਹਿਸ਼ ਤੇਰੀ, ਹਰ ਆਮ ਨਾਲ ਕਰ ਪਿਆਰ ਬੰਦੇ, ਤੂੰ ਹਰ ਆਮ ਨਾਲ ਕਰ ਪਿਆਰ ਬੰਦੇ, ਫਿਰ ਤੈਨੂੰ ਉਹ ਪਿਆਰ ਕਰਨਗੇ। ਪਿਆਰ ਨੂੰ ਪਿਆਰ ਹੋ ਅੱਜ ਪਿਆਰ, ਜੇ ਤੁਸੀਂ ਨਫ਼ਰਤ ਕਰੋਗੇ ਪਿਆਰ ਤੁਹਾਨੂੰ ਕਿੱਥੋਂ ਮਿਲ ਜਾਏਗਾ। ਵਾਕਈ ਇਹ ਤਾਂ ਹੈ ਜੀ, ਜਿਸ ਤਰ੍ਹਾਂ ਦਾ ਬੋਉਂਗੇ ਕਹਿੰਦੇ ਉਸ ਤਰ੍ਹਾਂ ਦਾ ਹੀ ਕੱਟੂਗੇ ਵੱਢੂਗੇ ਉਸ ਚੀਜ਼ ਨੂੰ। ਵਾਕਈ ਬਹੁਤ ਵੱਡੀ ਗੱਲ ਕੀਤੀ ਆ ਭੋਗਲ ਸਾਹਿਬ ਨੇ ਵੀ, ਕਿ ਪਿਆਰ ਵੰਡਾਂਗੇ ਤਾਂ ਪਿਆਰ ਮਿਲੂਗਾ, ਕਿਉਂਕਿ ਜਾਤ ਪਾਤ ਧਰਮ ਮਜ਼ਹਬਾਂ 'ਚ ਫਸ ਕੇ ਆਪਾਂ ਆਪਣੇ ਜਿਹੜੀ ਇਨਸਾਨੀਅਤ ਉਹਨੂੰ ਭੁੱਲਦੇ ਜਾ ਰਹੇ ਹਾਂ, ਅਤੇ ਇਸ ਚੀਜ਼ ਨੂੰ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਜੇ ਪਿਆਰ ਵੰਡਾਂਗੇ ਤਾਂ ਪਿਆਰ ਮਿਲਾਂਗੇ। ਮੈਨੂੰ ਜਦੋਂ ਇਹ ਗੱਲ ਕਰ ਰਹੇ ਸੀ ਨਾ, ਤਾਂ ਮੈਨੂੰ ਇੱਕ ਚੰਦ ਲਾਈਨਾਂ ਯਾਦ ਆ ਗਈਆਂ। ਕਹਿੰਦੇ ਨੇ ਰੱਬ ਇੱਕ ਹੈ, ਰੱਬ ਦਾ ਰੂਪ ਇੱਕ ਹੈ, ਇੱਕ ਹੈ ਪੀਰ ਪੈਗੰਬਰ ਧਿਆਵਣ ਵਾਲੇ,
ਜਦ ਤਾਂ ਧੁਰੋਂ ਨਾ ਵੰਡੀਆਂ ਆਉਣ ਲੋਕੋ, ਤਰਤ ਰਹਿੰਦੇ ਨੇ ਵੰਡੀਆਂ ਪਾਉਣ ਵਾਲੇ। ਗੱਲ ਗੈਰਾਂ ਦੀ ਕੀ ਕਰੀਏ, ਗੱਲ ਗੈਰਾਂ ਦੀ ਕੀ ਕਰੀਏ, ਦਿਲ ਸਭ ਦੇ ਇੱਕ ਨੇ ਢੱਕ ਵਟਾਉਣ ਵਾਲੇ, ਦਿਲ ਸਭ ਦੇ ਇੱਕ ਨੇ ਢੱਕ ਵਟਾਉਣ ਵਾਲੇ। ਸੋ ਦਿਲ ਸਾਰਿਆਂ ਦੇ ਇੱਕੋ ਜਿਹਾ ਆ, ਲੇਕਿਨ ਪਿਆਰ ਜਿਹੜਾ ਕਰਨਾ, ਦਿਲਾਂ 'ਚ ਨਫ਼ਰਤ ਨਾ ਪਾਓ, ਦਿਲਾਂ 'ਚ ਪਿਆਰ ਰੱਖੋ। ਔਰ ਦਿਲਾਂ ਨੂੰ ਜਦੋਂ ਪਿਆਰ ਕਰਾਂਗੇ ਨਾ, ਤਾਂ ਦੁਨੀਆ ਹੋਰ ਹੀ ਮਤਲਬ ਤੁਹਾਨੂੰ ਹਰ ਪਾਸੇ ਵਧੀਆ ਹੀ ਨਜ਼ਰ ਆਊਗੀ, ਅਤੇ ਫਿਰ ਜਿਹੜਾ ਇਹ ਖੂਨ ਖਰਾਬ ਆ ਇਹ ਨਹੀਂ ਹੋਏਗਾ। ਸੋ ਮੈਂ ਗੁਜ਼ਾਰਿਸ਼ ਕਰੂੰਗਾ ਆਪਣੀ ਟੀਮ ਨੂੰ ਕਿ ਉਹਨਾਂ ਦਾ ਪ੍ਰਿੰਸੀਪਲ ਸਰ ਸਾਡੇ ਨਾਲ ਅਟੈਚ ਹੋਏ ਕਿ ਨਹੀਂ ਹੋਏ। ਨਹੀਂ, ਹਲੇ ਵੀ ਨਹੀਂ ਹੋਏ ਹੈਗੇ। ਸੋ ਆਪਾਂ ਗੱਲ ਕਰ ਰਹੇ ਹਾਂ, ਜਦ ਤੱਕ ਉਹ ਸਾਡੇ ਨਾਲ ਅਟੈਚ ਹੁੰਦੇ, ਮੈਂ ਹੋ ਸਕਦਾ ਉਹਨਾਂ ਨੂੰ ਕਾਲ ਕਰਕੇ ਪੁੱਛ ਲੈਂਦਾ ਵੀ ਤੁਸੀਂ ਦੁਬਾਰਾ ਅਟੈਚ ਕਰ ਲਓ, ਪਰ ਸ਼ਾਇਦ ਉਹਨਾਂ ਨੂੰ ਕੋਈ ਪ੍ਰੋਬਲਮ ਪੈ ਰਹੀ ਹੈ। ਅਤੇ ਮੈਂ ਚਾਹਾਂਗਾ ਤਦ ਤੱਕ ਜੇ ਕੋਈ ਹੋਰ ਸਾਡੇ ਵੀਰ ਸਾਡੇ ਨਾਲ ਸ਼ਿਰਕਤ ਕਰਨਾ ਚਾਹੁੰਦੇ ਇਸ ਪ੍ਰੋਗਰਾਮ ਵਿੱਚ, ਉਹ ਕਰ ਲਓ, ਕਿਉਂਕਿ ਜਦ ਤੱਕ ਤੁਸੀਂ ਨਹੀਂ ਗੱਲ, ਤੁਸੀਂ ਜਿਸ ਤਰ੍ਹਾਂ ਲਿਖਦੇ ਹੋ ਵਧੀਆ, ਸਾਰੇ ਜਣੇ ਲਿਖਦੇ ਆ ਜਿਹੜੇ ਬੈਠੇ ਨੇ, ਉਹ ਸੁਣਦੇ ਨੇ ਪ੍ਰੋਗਰਾਮ ਨੂੰ, ਮੈਨੂੰ ਪਤਾ ਕਿ ਤੁਸੀਂ ਸਾਰੇ ਪਿਆਰ ਦਿੰਦੇ ਹੋ ਸਾਨੂੰ, ਸੁਣਦੇ ਹੋ ਇਸ ਪ੍ਰੋਗਰਾਮ ਨੂੰ, ਪਰ ਮੈਂ ਚਾਹਾਂਗਾ ਕਿ ਤੁਸੀਂ ਵੀ ਇਸ ਪ੍ਰੋਗਰਾਮ ਸ਼ਿਰਕਤ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਹੈ। ਅਤੇ ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕਰੋਗੇ ਤਾਂ ਫਿਰ ਪ੍ਰੋਗਰਾਮ ਕਰਨ ਦਾ ਸਾਨੂੰ ਵੀ ਮਜ਼ਾ ਨਹੀਂ ਆਉਂਦਾ। ਪ੍ਰੋਗਰਾਮ ਵਿੱਚ ਜ਼ਰੂਰ ਆਇਆ ਕਰੋ, ਅਸੀਂ ਕੋਸ਼ਿਸ਼ ਇਹੀ ਕਰੀਦੀ ਹਮੇਸ਼ਾ ਕਿ ਵਧੀਆ ਤੋਂ ਵਧੀਆ ਜਿਹੜੇ ਸਾਡੇ ਰਾਈਟਰ ਵੀਰ ਨੇ, ਅਸੀਂ ਉਹਨਾਂ ਨੂੰ ਲੈ ਕੇ ਆਈਏ, ਉਹਨਾਂ ਨੂੰ ਆਪਣੇ ਨਾਲ ਇੱਥੇ ਪ੍ਰੋਗਰਾਮ ਵਿੱਚ ਤੁਹਾਡੇ ਕੋਲ ਤੁਹਾਡੇ ਰੂਬਰੂ ਕਰਾਈਏ। ਅਤੇ ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਨਾਲ ਆਓ ਇੱਥੇ ਪ੍ਰੋਗਰਾਮ 'ਚ ਸਾਡੇ ਨਾਲ ਪ੍ਰੋਗਰਾਮ ਕਰੋ, ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਲਿਜਾ ਸਕੀਏ। ਸੋ ਗੱਲ ਕਰ ਰਹੇ ਸੀ ਇਹਨਾਂ ਦੀ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਉਹਨਾਂ ਦੀ, ਕਿ ਇੰਨੇ ਵੱਡੀ ਸ਼ਖਸੀਅਤ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਮਨੁੱਖਤਾ ਦੇ ਲਈ। ਹਾਂਜੀ, ਮੇਰੀ ਉਹਨਾਂ ਦੇ ਨਾਲ ਕਾਲ ਅਟੈਚ ਹੋ ਗਈ ਹੈ। ਅਤੇ ਸਰ, ਤੁਹਾਡਾ ਦੁਬਾਰਾ ਅਟੈਚ ਹੋ ਰਿਹਾ ਫੋਨ ਸਾਡੇ ਨਾਲ? ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ। ਹਾਂਜੀ, ਤੁਹਾਨੂੰ ਆਵਾਜ਼ ਆ ਰਹੀ। ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਤੁਸੀਂ ਆਪਣਾ ਜਿਹੜਾ ਤੁਹਾਨੂੰ ਲਿੰਕ ਭੇਜਿਆ ਸੀ ਉਹਦੇ ਪਰ ਦੁਬਾਰਾ ਕਲਿੱਕ ਕਰਕੇ ਤੁਸੀਂ ਦੁਬਾਰਾ ਉਸ ਨੂੰ ਖੋਲ ਲਓ, ਜੇ ਲਿੰਕ ਨੂੰ ਖੋਲ ਸਕਦੇ ਆ। ਤੁਸੀਂ ਕੋਸ਼ਿਸ਼ ਕੀਤੀ? ਹਾਂਜੀ, ਉਸ ਲਿੰਕ ਨੂੰ ਨਾ ਜਿਹੜਾ ਤੁਹਾਨੂੰ ਭੇਜਿਆ ਉਹਦੇ ਪਰ ਕਲਿੱਕ ਕਰੋ, ਕਲਿੱਕ ਕਰਕੇ ਖੋਲੋ, ਨਹੀਂ ਤਾਂ ਫਿਰ ਆਪਾਂ ਫੋਨ 'ਤੇ ਇਸ ਤਰ੍ਹਾਂ ਹੀ ਗੱਲ ਕਰਾਂਗੇ ਤੁਹਾਡੇ ਨਾਲ, ਅਤੇ ਤੁਹਾਡੀਆਂ ਹੋਰ ਗੱਲਾਂ ਸੁਣਦੇ ਰਹਾਂਗੇ, ਹੈ ਨਾ। ਅਤੇ ਤੁਸੀਂ ਜਦ ਤੱਕ ਉਸ ਲਿੰਕ ਨੂੰ ਖੋਲੋ, ਅਤੇ ਮੈਂ ਤੁਹਾਨੂੰ ਦੁਬਾਰਾ ਕਾਲ ਕਰਦਾ ਫਿਰ। ਹਾਂਜੀ, ਸੋ ਉਹ ਕੋਸ਼ਿਸ਼ ਕਰ ਰਹੇ ਨੇ, ਕਈ ਵਾਰੀ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਪ੍ਰੋਗਰਾਮ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕਰਦੇ ਕਰਦੇ। ਵੈਸੇ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਜਿੱਥੇ ਵਾਈਫਾਈ ਹੋਵੇ ਅਸੀਂ ਉਹਨਾਂ ਦੇ ਨਾਲ ਹੀ ਅਟੈਚ ਕਰਕੇ ਉਹਨਾਂ ਨੂੰ ਲਿਆ ਜਾਵੇ। ਅਤੇ ਐਸੀ ਸ਼ਖਸੀਅਤਾਂ ਨੂੰ ਇਹ ਸਮਝ ਕੇ ਚੇਚੇ ਤੌਰ 'ਤੇ ਬਠਿੰਡੇ ਗਏ ਨੇ, ਜਿੱਥੇ ਇਹਨਾਂ ਨੇ ਵਾਈਫਾਈ ਲੱਗਿਆ ਪਰ ਪਤਾ ਨਹੀਂ ਕੀ ਗੱਲ ਹੈ ਕਿ ਇਹਨਾਂ ਦੇ ਨਾਲ ਇਸ ਵੇਲੇ ਕੋਈ ਪ੍ਰੋਬਲਮ ਆ ਰਹੀ ਹੈ ਉੱਥੇ ਲਿੰਕ ਦੀ। ਪਰ ਆਪਾਂ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਦੇ ਇਹ ਸ਼ਖਸੀਅਤ ਨੇ, ਔਰ ਜਿੱਥੇ ਇਹ ਪ੍ਰਿੰਸੀਪਲ ਨੇ ਉੱਥੇ ਨਾਲ ਨਾਲ ਮਨੁੱਖਤਾ ਦੀ ਸੇਵਾ ਵੀ ਕਰਦੇ ਨੇ, ਔਰ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਹੈ। ਕਿਉਂਕਿ ਕਹਿੰਦੇ ਨੇ ਨਾ ਵੀ ਆਪਾਂ ਕਹਿ ਦਿੰਦੇ ਹਾਂ ਯਾਰ ਇੱਕ ਜ਼ਿੰਦਗੀ ਮਿਲੀ ਹੈ, ਜ਼ਿੰਦਗੀ ਤਾਂ ਵਾਰ ਵਾਰ ਮਿਲਦੀ ਨਹੀਂ, ਪਰ ਇਹ ਗੱਲ ਗਲਤ ਹੈ। ਕਿਉਂਕਿ ਜ਼ਿੰਦਗੀ ਸਾਨੂੰ ਵਾਰ ਵਾਰ ਮਿਲਦੀ ਹੈ, ਹਰ ਰੋਜ਼ ਸਵੇਰੇ ਮਿਲਦੀ ਹੈ, ਮੌਤ ਇੱਕ ਵਾਰੀ ਮਿਲਦੀ ਹੈ। ਸੋ ਜ਼ਿੰਦਗੀ ਜਦੋਂ ਮਿਲਦੀ ਹੈ ਆਪਾਂ ਨੂੰ, ਹਰ ਸਵੇਰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ, ਤਾਂ ਫਿਰ ਆਪਾਂ ਉਸ ਜ਼ਿੰਦਗੀ ਨੂੰ ਕਿਉਂ ਨਹੀਂ ਵਧੀਆ ਤਰੀਕੇ ਨਾਲ ਜੀ ਸਕਦੇ? ਸਭ ਤੋਂ ਵੱਡੀ ਗੱਲ ਸਾਡੇ ਲਈ ਇਹ ਹੁੰਦੀ ਹੈ। ਸੋ ਸਾਡੇ ਨਾਲ ਹੁਣ ਅਟੈਚ ਮੇਰੇ ਖਿਆਲ ਹੋ ਗਿਆ ਬਲਵੀਰ ਸਿੰਘ ਜੀ, ਪਰ ਉਹਨਾਂ ਦੀ ਚਲੋ ਫੋਟੋ ਅਸੀਂ ਦੇਖ ਰਹੇ ਹਾਂ ਕਿ ਫੋਟੋ ਸਾਡੇ ਨਾਲ ਅਟੈਚ ਹੋ ਰਹੀ ਹੈ, ਲੇਕਿਨ ਉਹ ਸਾਡੇ ਨਾਲ ਵੈਸੇ ਨਹੀਂ ਨਜ਼ਰ ਆਏਗੀ, ਲੇਕਿਨ ਉਹਨਾਂ ਦੀ ਆਵਾਜ਼ ਸਾਨੂੰ ਆਏਗੀ। ਸੋ ਬਲਵੀਰ ਸਿੰਘ ਜੀ, ਅਗਰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਤਾਂ ਤੁਸੀਂ ਤੁਹਾਡੀ ਜਿਹੜੀ ਅਗਲੀ ਰਚਨਾ ਹੈ ਸਾਡੇ ਨਾਲ ਸਾਂਝ, ਮੈਂ ਚਾਹਾਂਗਾ ਤੁਸੀਂ ਉਸ ਰਚਨਾ ਨਾਲ ਸਾਡੇ ਨਾਲ ਸਾਂਝ ਪਾਓ, ਅਤੇ ਸਾਡੇ ਦਰਸ਼ਕਾਂ ਨਾਲ ਉਸ ਜਿਹੜੀ ਰਚਨਾ ਸੀ ਉਹਦੀ ਸਾਂਝ ਪਾ ਲਓ। ਹਾਂ, ਇਹ ਰਚਨਾ ਵੀ ਹਿੰਮਤ ਭਾ ਕੇ ਔਖੇ ਹੋਵੋ
ਅੱਗ ਅਮਨ ਨੂੰ ਲਾ ਕੇ ਔਖੇ ਹੋਵੋਗੇ। ਮਾਂ ਜਾਇਓ ਕਿਸ ਗੱਲੋਂ ਲੜਦੇ ਹੋ ਆਪਸ ਵਿੱਚ, ਦੇ ਵਿੱਚ ਕੰਧ ਬਣਾ ਕੇ ਔਖੇ ਹੋਵੋਗੇ। ਆਖਰ ਨੂੰ ਚੁੱਪ ਹੈ ਯਾਰੋ, ਬਿਨ ਮਤਲਬ ਰੌਲਾ ਪਾ ਕੇ ਔਖੇ ਹੋਵੋਗੇ। ਲਿਖਣਾ ਜੀ, ਗੈਰਾਂ ਦਾ ਕੀ ਜਾਵੇਗਾ ਇੰਨਾ ਤਾਂ ਸੋਚੋ, ਆਪ ਵਧਾ ਕੇ ਔਖੇ ਹੋਵੋਗੇ। ਧਰਮ ਦੇ ਵੰਡੀਆਂ ਪਾ ਨਹੀਂ, ਸਾਡੇ ਭਰਾਵਾਂ ਵਿੱਚ ਫੁੱਟ ਪਾ ਕੇ ਔਖੇ ਹੋਵੋਗੇ ਹੋਵੋਗੇ। ਬਣ ਸਕਦੀ ਹੈ ਭੀੜ ਕਿਸੇ ਤੇ ਕਿਸੇ ਸਮੇਂ ਵੀ, ਬਣ ਸਕਦੀ ਹੈ ਭੀੜ ਕਿਸੇ ਤੇ ਕਿਸੇ ਸਮੇਂ ਵੀ, ਮਜ਼ਬੂਰਾਂ ਤੋਂ ਲਾਭ ਉਠਾ ਕੇ ਔਖੇ ਹੋਵੋਗੇ। ਪਾਣੀ ਪੁਣ ਕੇ ਪੀਣ ਵਾਲਿਓ ਇੰਨਾ ਸੋਚ ਲਓ, ਪਾਣੀ ਪੁਣ ਕੇ ਪੀਣ ਵਾਲਿਓ ਇੰਨਾ ਸੋਚ ਲਓ, ਲਹੂ ਸੁਨੇਹੀ ਮੂੰਹ ਨੂੰ ਲਾ ਕੇ ਔਖੇ ਹੋਵੋਗੇ, ਲਹੂ ਸੁਨੇਹੀ ਮੂੰਹ ਨੂੰ ਲਾ ਕੇ ਔਖੇ ਹੋਵੋਗੇ। ਕਿਆ ਬਾਤ ਹੈ, ਵਾਕਈ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਲਹੂ ਸੁਨੇਹੀ ਮੂੰਹ ਨੂੰ ਲਾ ਕੇ ਔਖੇ ਹੋਵੋਗੇ। ਵਾਕਈ ਜਦੋਂ ਲਹੂ ਮੂੰਹ ਨੂੰ ਲੱਗ ਜਾਂਦਾ ਫਿਰ ਉਹ ਬਹੁਤ ਔਖਾ ਹੁੰਦਾ ਹੈ ਉਸ ਚੀਜ਼ ਨੂੰ ਭੁਲਾਉਣਾ ਅਤੇ ਭੁੱਲਣਾ ਵੀ। ਅਤੇ ਜੀ ਪ੍ਰਿੰਸੀਪਲ ਸਰ, ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਤੁਹਾਡੀ ਰਚਨਾਵਾਂ ਹੈ, ਤੁਹਾਡੇ ਦੀਪਕ ਜਦੋਹੀ ਜੀ ਤੁਹਾਡੇ ਉਸਤਾਦ ਸੀਗੇ, ਉਹਨਾਂ ਤੋਂ ਤੁਸੀਂ ਸਿੱਖਿਆ ਵੀ ਕਿਸ ਤਰ੍ਹਾਂ ਗਜ਼ਲ ਨੂੰ ਲਿਖਿਆ ਜਾਂਦਾ ਹੈ। ਅਤੇ ਤੁਹਾਡੀ ਗਜ਼ਲਾਂ ਦੀ ਤੁਸੀਂ ਜਿੱਦਾਂ ਜ਼ਿਕਰ ਵੀ ਕੀਤਾ ਕਿ ਕੁਛ ਜਿਹੜੀਆਂ ਗਜ਼ਲਾਂ ਤੁਹਾਡੀਆਂ ਉਹ ਛਾਪ ਕੇ ਕਿਸੇ ਮਿਊਜ਼ੀਅਮ ਵਿੱਚ ਵੀ ਲਾਉਣ ਦੀ ਗੱਲ ਕਰ ਰਹੇ ਨੇ ਮੇਰਾ ਖਿਆਲ। ਹਾਂਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੋਈ ਹੈ ਜੋ ਸੱਚ ਦੀ ਕੰਧ ਉੱਤੇ ਉਕਰੇ ਜਾਣ ਖਾਤਰ ਸਿਫਾਰਿਸ਼ ਬਹੁਤ ਸਾਰੀਆਂ ਸੰਸਥਾਵਾਂ ਨੇ ਕੀਤੀ ਹੈ, ਕਿਉਂਕਿ ਉਹ ਜੋ ਸੱਚ ਦੀ ਕੰਧ ਉੱਥੇ ਉਸਾਰੀ ਗਈ ਹੈ ਉਹਦੇ ਉੱਤੇ ਉਹ ਸ਼ਹੀਦਾਂ ਨੂੰ ਸਮਰਪਿਤ ਹੈ, ਉਹਦੇ ਉੱਤੇ ਰਚਨਾ 84 ਵਾਲੀ ਜੇ ਉੱਪਰ ਦਿੱਤੀ ਜਾਵੇ ਤਾਂ ਉਹ ਉਸ ਦੁਖਾਂਤ ਨੂੰ ਸਦਾ ਲਈ ਉਹ ਲੋਕ ਪੜ੍ਹ ਕੇ ਚੇਤੇ ਕਰਦੇ ਰਹਿਣਗੇ ਜੀ। ਜੀ, ਸੋ 84 ਦੀ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ, ਹਾਂਜੀ, ਮੈਂ ਚਾਹਾਂਗਾ ਇਹ ਰਚਨਾ ਵੀ ਸਾਡੇ ਨਾਲ ਇੱਕ ਵਾਰੀ ਸਾਂਝੀ ਕਰ ਲਓ ਜੀ। 87 ਦਾ ਜਿਹੜਾ ਜੂਨ ਦਾ ਦੁਖਾਂਤ ਘੱਲੂਘਾਰਾ ਜਿਹੜਾ ਵਾਪਰਿਆ ਬਲਿਊ ਸਟਾਰ ਆਪਰੇਸ਼ਨ, ਉਹ ਤੋਂ ਪ੍ਰਭਾਵਿਤ ਹੋ ਕੇ ਮੈਂ, ਕਿਉਂਕਿ ਦਿਲ ਬੜਾ ਕੋਮਲ ਹੁੰਦਾ ਕਿਸੇ ਵੀ ਲੇਖਕ ਦਾ ਤੇ ਕੁਰਲਾ ਉੱਠਦਾ ਇਹੋ ਜਿਹੀਆਂ ਘਟਨਾਵਾਂ ਨੂੰ, ਅਸੀਂ ਅੱਖੀ ਵੇਖਿਆ ਉਹ ਸਮੇਂ ਦੇ ਵਿੱਚੋਂ ਗੁਜ਼ਰੇ ਹਾਂ ਜੀ। ਯਾਰੋ ਕੀ ਨਹੀਂ ਹੋਇਆ 84 ਵਿੱਚ, ਯਾਰੋ ਕੀ ਨਹੀਂ ਹੋਇਆ 84 ਵਿੱਚ, ਕਿਹੜਾ ਦਿਲ ਨਹੀਂ ਰੋਇਆ 84 ਵਿੱਚ। 84 ਵਿੱਚ ਵਾਹ, ਧਰਤੀ ਰੱਜ ਰੱਜ ਰੋਈ ਅੰਬਰ ਪਿੱਟ ਉੱਠਿਆ, ਧਰਤੀ ਰੱਜ ਰੱਜ ਰੋਈ ਅੰਬਰ ਪਿੱਟ ਉੱਠਿਆ, ਖੂਨ ਇੰਨਾ ਚੋਇਆ 84 ਵਿੱਚ, ਉਸਨੂੰ ਮਰ ਕੇ ਵੀ ਢੋਈ ਨਾ ਮਿਲੇ ਕਿਤੇ, ਜਿਸ ਬੀਜ ਫੁੱਟਦਾ ਬੋਇਆ 84 ਵਿੱਚ। ਵਾਹ, ਬੇਦੋਸ਼ਾਂ ਦਾ ਖੂਨ ਵਹਾਇਆ ਕਦਮ ਕਦਮ, ਬੇਦੋਸ਼ਾਂ ਦਾ ਖੂਨ ਵਹਾਇਆ ਕਦਮ ਕਦਮ, ਹਰ ਦਿਲ ਵਾਲਾ ਮੋਇਆ 84 ਵਿੱਚ, ਬਿਰਧਾਵਾਂ ਦੇ ਬੈਣ ਜਤੀਮਾਂ ਦੇ ਰੋਣੇ, ਦਾਗ ਨਹੀਂ ਜਾਣਾ ਧੋਇਆ 84 ਵਿੱਚ। ਬੰਦਾ ਹੀ ਜਦ ਕਾਤਲ ਬਣਿਆ ਬੰਦੇ ਦਾ, ਬੰਦਾ ਹੀ ਜਦ ਕਾਤਲ ਬਣਿਆ ਬੰਦੇ ਦਾ, ਫਰਜ ਤੜਪ ਕੇ ਮੋਇਆ 84 ਵਿੱਚ, ਯਾਰ ਸੁਨੇਹੀ ਬਹਿ ਕੇ ਲੇਖਾ ਨਾ ਕਰੀਏ, ਯਾਰ ਸੁਨੇਹੀ ਬਹਿ ਕੇ ਲੇਖਾ ਤਾਂ ਕਰੀਏ, ਕੀ ਖੱਟਿਆ ਕੀ ਖੋਇਆ 84 ਵਿੱਚ, ਕੀ ਖੱਟਿਆ ਕੀ ਖੋਇਆ 84 ਵਿੱਚ। 84 ਵਿੱਚ, ਕਿਆ ਬਾਤ ਹੈ, ਵਾਕਈ 84 ਵਿੱਚ ਖੱਟਿਆ ਤਾਂ ਕੁਛ ਨਹੀਂ, ਬਸ ਗੁਆਏ ਗੁਆਇਆ ਆਪਣੇ ਗੁਆਏ, ਸਾਰਾ ਕੁਛ ਬੜਾ ਕੁਛ ਖੋਇਆ ਭੈਣਾਂ ਨੂੰ ਸਾਰਿਆਂ ਨੂੰ,
ਬਹੁਤ ਕੁਛ ਉੱਥੇ ਗਵਾਇਆ ਅਸੀਂ। ਪਰ ਇਸ ਜਿਹੜਾ ਜਿਹੜਾ 84 ਵਿੱਚ ਦੁਖਾਂਤ ਸੀ ਉਹਨੂੰ ਆਪਾਂ ਭੁੱਲਤਾ ਨਹੀਂ ਸਕਦੇ ਹੈਗੇ ਕਦੀ ਵੀ, ਕਿ ਇਹ ਦੁਖਾਂਤ ਬਿਲਕੁਲ ਤਾਂ ਉਮਰ ਜਦ ਤੱਕ ਅਸੀਂ ਜੀਂਦੇ ਹਾਂ ਜਦ ਤੱਕ ਸਾਡੇ ਦਿਲਾਂ ਵਿੱਚ ਰਹੇਗਾ, ਔਰ ਇਹ ਦੁਖਾਂਤ ਭੁੱਲਣ ਵਾਲਾ ਹੈ ਵੀ ਨਹੀਂ। ਪਰ ਆਪਾਂ ਚਲੋ ਪ੍ਰੋਗਰਾਮ ਨੂੰ ਹੋਰ ਪਾਸੇ ਲੈ ਕੇ ਚੱਲਦੇ ਹਾਂ। ਸਰ ਤੁਸੀਂ ਹੁਣੇ ਮੇਰੇ ਨਾਲ ਗੱਲ ਕੀਤੀ ਸੀ ਕਿ ਸਤੰਬਰ ਦੇ ਵਿੱਚ ਤੁਸੀਂ ਇੱਕ ਵਰਲਡ ਕਾਨਫਰੰਸ ਕਰਾ ਰਹੇ ਹੋ, ਇਹਦੇ ਬਾਰੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਜਿਹੜੀ ਵਰਲਡ ਕਾਨਫਰੰਸ ਹੋ ਰਹੀ ਹੈ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ, ਜਿਹਦੇ ਵਿੱਚ ਆਪਣੇ ਲਹਿੰਦੇ ਪੰਜਾਬ ਤੋਂ ਵੀ ਪਾਕਿਸਤਾਨ ਤੋਂ ਵੀ ਜਿਹੜੇ ਕਵੀ ਵੀਰ ਆਉਣਗੇ, ਇਹਨਾਂ ਇਸ ਇਸ ਜਿਹੜੀ ਕਾਨਫਰੰਸ ਹੋਣੀ ਇਹਦੇ ਬਾਰੇ ਵੀ ਕੋਈ ਵੇਰਵਾ ਪਾ ਦਿਓ। ਮੈਂ ਪਾਕਿਸਤਾਨ ਪਿੱਛੇ ਅਕਤੂਬਰ ਦੇ ਵਿੱਚ ਗਿਆ ਸੀ ਜੀ, ਬਾਬਾ ਹਾਸ਼ਮੀ ਜੀ ਨੇ ਜੀ, ਬਾਬਾ ਹਾਸ਼ਮੀ ਜੀ ਜ਼ੁਲਫਿਕਾਰ ਹਸੈਨ ਹਾਸ਼ਮੀ, ਉਹ ਸਾਂਝੀ ਬੈਠਕ ਦੇ ਮੁਖੀ ਨੇ, ਉੱਥੇ ਜਵੇਦ ਕਮਲ ਮੂਸਾਪੁਰੀ, ਬੂਟਾ ਸ਼ਾਕਰ, ਭੱਟ ਜੀ, ਅਬਦੁਲ ਰਜ਼ਾਕ ਔਰ ਹਾਨੀ ਹਿਣਾ ਹਿੰਦਰਾ, ਜੋ ਕਿ ਪਾਕਿਸਤਾਨ ਦੀ ਬੜੀ ਮਕਬੂਲ ਸ਼ਹਿਰ ਹੈ, ਉਹ ਸਾਰੇ ਆਏ ਸਨ। ਕਵੀ ਦਰਬਾਰ ਹੋਇਆ ਉੱਥੇ, ਵਿਚਾਰ ਕੀਤੀ, ਉਹਨਾਂ ਦਾ ਵੀ ਦਿਲ ਕਰਦਾ ਸੀ ਜਿਵੇਂ ਅਸੀਂ ਉਹਨਾਂ ਨੂੰ ਜਾ ਕੇ ਮਿਲੇ, ਉਹ ਵੀ ਚਾਹੁੰਦੇ ਨੇ ਕਿ ਉਹ ਵੀ ਪੰਜਾਬ ਚੜ੍ਹਦੇ ਪੰਜਾਬ ਵਿੱਚ ਆਉਣ, ਤੇ ਮੈਂ ਉੱਥੇ ਹੀ ਫੈਸਲਾ ਲੈ ਲਿਆ ਸੀ, ਸਾਰਿਆਂ ਨਾਲ ਸਹਿਮਤੀ ਕਰਕੇ ਰਹਿ ਲਏ ਕਿ ਆਪਾਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਆਦਾ ਠੀਕ ਰਹੇਗਾ, ਤੇ ਉੱਥੇ ਅਸੀਂ ਸਤੰਬਰ ਦੇ ਵਿੱਚ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ, ਜਿਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਸੀਂ CM ਪੰਜਾਬ ਨੂੰ ਵੀ ਬੇਨਤੀ ਕਰਾਂਗੇ, ਔਰ ਸਤਿੰਦਰਪਾਲ ਸਿੰਘ ਸਾਬਕਾ MP ਨੇ ਉਹ ਵੀ ਸ਼ਿਰਕਤ ਕਰਨਗੇ, ਔਰ ਉੱਥੋਂ ਦੇ ਅੰਮ੍ਰਿਤਸਰ ਸਾਹਿਬ ਦੇ ਜੋ ਮੌਜੂਦਾ MP ਨੇ, ਤੀਸਰੀ ਵਾਰ ਜਿੱਤੇ ਨੇ ਸਰਦਾਰ ਬਲਵੀਰ ਸਿੰਘ ਔਜਲਾ, ਉਹਨਾਂ ਤੱਕ ਵੀ ਅਸੀਂ ਪਹੁੰਚ ਕਰਾਂਗੇ ਕਿ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ, ਤਿੰਨ ਰੋਜ਼ਾ ਅਸੀਂ ਕਾਨਫਰੰਸ ਜਿਹੜੀ ਉਹ ਕਰ ਰਹੇ ਹਾਂ, ਜਿਹਦੇ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਵਿਦਵਾਨਾਂ ਦੇ ਵਿਚਾਰ ਸੁਣੇ ਜਾਣਗੇ, ਔਰ ਵਿਸ਼ਾਲ ਕਵੀ ਦਰਬਾਰ ਵੀ ਆਯੋਜਨ ਕੀਤਾ ਜਾਏਗਾ, ਜਿਹਦੇ ਵਿੱਚ ਦੇਸ਼ ਵਿਦੇਸ਼ ਤੋਂ ਸਾਹਿਤਕਾਰਾਂ ਦੇ ਭਾਗ ਲੈਣ ਦਾ ਸਾਨੂੰ ਹੈ ਕਿ ਉਹ ਅਸੀਂ ਉਹਨਾਂ ਦਰਸ਼ਨ ਕਰਾਂਗੇ, ਔਰ ਪੰਜਾਬੀ ਮਾਂ ਬੋਲੀ ਨੂੰ ਹੋਰ ਅਮੀਰ ਬਣਾਉਣ ਲਈ ਅਸੀਂ ਕੋਸ਼ਿਸ਼ਾਂ ਕਰਾਂਗੇ। ਚਲੋ, ਸਾਡੀ ਦਿਲੀ ਦੁਆਵਾਂ ਕਿ ਤੁਹਾਡਾ ਇਹ ਜਿਹੜਾ ਵਰਲਡ ਕਾਨਫਰੰਸ ਹੋ ਰਹੀ ਜਾ ਰਹੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਇਹ ਵਧੀਆ ਤਰੀਕੇ ਨਾਲ ਹੋਵੇ, ਦੁਨੀਆ 'ਚ ਇਸ ਕਾਨਫਰੰਸ ਦਾ ਨਾਮ ਹੋਵੇ, ਔਰ ਵਧੀਆ ਪ੍ਰੋਗਰਾਮ ਉਲੀਕੇ ਜਾਣ ਇਸ ਇਹਦੇ ਦੌਰਾਨ। ਜੀ ਜੀ ਸਰ, ਤੁਸੀਂ ਖੋਜ ਭਰਪੂਰ ਲੇਖ ਵੀ ਲਿਖੇ ਨੇ, ਜਿਹਦੇ ਵਿੱਚ ਤੁਸੀਂ ਇੱਕ ਲੇਖ ਲਿਖਿਆ, ਲਿਖ ਪੁੱਛਿਆ ਸੀ ਵੀ ਰੁੱਖ ਅਤੇ ਬ੍ਰਿਖ ਵਿੱਚ ਕੀ ਫਰਕ ਹੈ। ਸੋ ਮੈਂ ਚਾਹਾਂਗਾ ਕਿ ਤੁਸੀਂ ਇਹਦੀ ਖੋਜ ਵੀ ਕੀਤੀ ਹੈ, ਅਤੇ ਸਾਡੇ ਜਿਹੜੇ ਦਰਸ਼ਕ ਸੁਣ ਰਹੇ ਆ, ਜੇ ਉਹ ਵੀ ਇਸ 'ਤੇ ਕੋਈ ਵਿਚਾਰ ਦੇਣਾ ਚਾਹੁੰਦੇ ਨੇ ਵੀ ਰੁੱਖ ਔਰ ਬ੍ਰਿਖ 'ਚ ਕੀ ਫਰਕ ਹੈ, ਤਾਂ ਸਾਡੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਹਦੇ ਬਾਰੇ ਸਾਡੇ ਨਾਲ ਗੱਲ ਕਰ ਸਕਦੇ ਹੋ। ਪਰ ਆਪਾਂ ਪ੍ਰਿੰਸੀਪਲ ਸਰ ਨੂੰ ਪੁੱਛਦੇ ਹਾਂ ਕਿ ਸਰ ਰੁੱਖ ਔਰ ਬ੍ਰਿਖ ਵਿੱਚ ਕੀ ਫਰਕ ਹੈ। ਜ਼ਿੰਦਗੀ 'ਚ ਕਾਫੀ ਸਮਾਂ ਗਿਆਨੀ ਸੰਤ ਸਿੰਘ ਮਸਕੀਨ ਦੀ ਅਤੇ ਸੰਤ ਬਾਬਾ ਭਗਤ ਸਿੰਘ ਜੀ ਨਸੇਹ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਦਾਸ ਸਮਾਨ ਮਿਲਿਆ। ਮਸਕੀਨ ਜੀ ਜਦੋਂ ਵੀ ਕੋਈ ਗੱਲ ਕਰਦੇ ਸੀ, ਹਮੇਸ਼ਾ ਉਹ ਏਦਾਂ ਦੀ ਗੱਲ ਕਰਦੇ ਸੀ ਕਿ ਜਿਹਨੂੰ ਸੁਣ ਕੇ ਇੱਕ ਵਾਰ ਮਨ ਸੁੰਨ ਜਿਹਾ ਹੋ ਜਾਈਦਾ ਸੀ ਕਿ ਏਦਾਂ ਦੀ ਗੱਲ ਵੀ ਹੋ ਸਕਦੀ ਹੈ। ਜੀ ਹੁਣ ਉਹਨਾਂ ਨੇ ਇੱਕ ਵਾਰ ਇਹ ਦੱਸਿਆ, ਮੈਂ ਵੀ ਖੋਜ ਕੀਤੀ ਕਿ ਜੋ ਰੁੱਖ ਹੈ, ਜਿੱਦਾਂ ਬੋਹੜ ਹੈ, ਪਿੱਪਲ ਹੈ, ਉਹਦੀਆਂ ਜੋ ਗੋਲਾਂ ਲੱਗਦੀਆਂ ਨੇ, ਉਹਨਾਂ ਨੂੰ ਜਾਨਵਰ ਖਾ ਲੈਂਦੇ ਨੇ ਜੀ, ਤੇ ਉਹਨਾਂ ਦੇ ਬੀਜ ਬੜੇ ਕਠੋਰ ਹੁੰਦੇ ਨੇ, ਸਖ਼ਤ ਹੁੰਦੇ ਨੇ, ਤੇ ਉਹ ਜਾਨਵਰਾਂ ਦੇ ਪੇਟ ਵਿੱਚ ਹੀਟ ਆਉਣ ਕਰਕੇ ਉਹ ਪੁੰਗਰ ਜਾਂਦੇ ਨੇ। ਜਦੋਂ ਪਾਣੀ ਵਾਲੀਆਂ ਟੈਂਕੀਆਂ ਜੋ ਮਕਾਨਾਂ ਦੇ ਉੱਪਰ ਬਣੀਆਂ ਨੇ ਜਾਂ ਬਨੇਰਿਆਂ ਦੇ ਉੱਪਰ, ਉਹ ਬਿੱਠਾ ਮਾਰਦੇ ਨੇ, ਜਾਂ ਹਵਾ ਮਹਾਣੇ ਜਿਹੜੇ ਬੀਜ ਰੁੱਕ ਕੇ ਉਹ ਉੱਡ ਕੇ ਚਲੇ ਜਾਂਦੇ ਨੇ, ਉਹ ਜਿਹੜੇ ਉੱਗਰਦੇ ਨੇ ਜਾਂ ਜਾਨਵਰਾਂ ਦੇ ਪੇਟ ਰਾਹੀਂ ਹੋ ਕੇ ਆਉਂਦੇ ਨੇ, ਉਹਨਾਂ ਨੂੰ ਅਸੀਂ ਰੁੱਖ ਕਹਾਂਗੇ।
ਜਿਹਨਾਂ ਨੂੰ ਅਸੀਂ ਆਪਣੇ ਹੱਥ ਨਾਲ ਕਿਤੇ ਯੋਜਨਾਵਾਂ ਤਰੀਕੇ ਨਾਲ ਲਾਉਂਦੇ ਹਾਂ ਉਹਨਾਂ ਨੂੰ ਅਸੀਂ ਵਿਰਖ ਕਹਿੰਦੇ ਹਾਂ। ਹੁੰਦੇ ਦੋਨੋਂ ਤੱਕ ਨੇ, ਪਰ ਇਹਨਾਂ ਵਿੱਚ ਇੰਨਾ ਕੁ ਅੰਤਰ ਹੈ, ਕੋਈ ਜਾਨਵਰ ਖਾ ਜਾਂਦੇ ਨੇ ਜਿਹਨਾਂ ਬੀਜਾਂ ਨੂੰ, ਉਹਨਾਂ ਦੇ ਅੰਦਰ ਜਲਦੀ ਪੁੰਗਰ ਜਾਂਦੇ ਨੇ ਹੀਟ ਹੋਣ ਕਰਕੇ, ਜਦੋਂ ਕਿਤੇ ਪਾਣੀ ਵਾਲੀ ਟੈਂਕੀ ਜਾਂ ਕਿਤੇ ਉੱਚੇ ਥਾਂ ਤੇ ਬਨੇਰਿਆਂ ਤੇ ਬਹਿੰਦੇ ਨੇ ਤਾਂ ਉਹ ਬੀਜ ਉੱਥੇ ਬਿੱਠਾਂ ਦੇ ਰਾਹੀਂ ਉਹਨਾਂ ਦੇ ਲੋਕ ਫੋਕਟ ਕਰਦੇ ਰਾਹੀਂ ਆਉਂਦੇ ਨੇ, ਉਹ ਤੇ ਰੁੱਖ ਨੇ ਤੇ ਜਿਹਨਾਂ ਨੂੰ ਅਸੀਂ ਹੱਥੀ ਲਾਉਣੇ ਉਹ ਬਿਰਖ ਨੇ, ਹੁੰਦੇ ਦੋਨੋਂ ਦਰਖਤ ਹਨ। ਕਿਆ ਬਾਤ ਹੈ ਜੀ, ਵਾਕਈ ਬਹੁਤ ਵੱਡੀ ਗੱਲ ਹੈ ਔਰ ਇੱਥੋਂ ਸਾਡੇ ਦਰਸ਼ਕਾਂ ਨੂੰ ਪਤਾ ਵੀ ਲੱਗ ਗਿਆ ਕਿ ਬ੍ਰਿਖ ਅਤੇ ਰੁੱਖ ਵਿੱਚ ਕੀ ਫਰਕ ਹੈ। ਸਰ ਤੁਸੀਂ ਜਾਣਾ ਨਹੀਂ ਕਿਤੇ ਵੀ, ਸਾਡੇ ਨਾਲ ਇਸ ਤਰ੍ਹਾਂ ਲਾਈਨ 'ਤੇ ਜੁੜੇ ਰਹੋ, ਕੋਈ ਗੱਲ ਨਹੀਂ। ਇੱਕ ਕਾਲ ਆ ਗਈ ਹੈ ਅਤੇ ਆਪਾਂ ਕਾਲ ਲੈ ਲਈ, ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜਾ ਅਗਲਾ ਸੀਗਾ ਅਥਰੂ ਅਤੇ ਹੰਝੂ 'ਚ ਕੀ ਫਰਕ ਹੈ, ਆਪਾਂ ਇਹਦੇ ਬਾਰੇ ਵੀ ਜਾਣਾਂਗੇ ਤੁਹਾਡੇ ਕੋਲੋਂ। ਸੋ ਪਹਿਲਾਂ ਇੱਕ ਕਾਲ ਲੈ ਲਈਏ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਬਜੀਤ ਭਾਜੀ, ਤੁਹਾਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੇ ਅਦਬੀ ਅਤੇ ਕਲਮੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਸਤਿ ਸ਼੍ਰੀ ਅਕਾਲ ਰਣਜੀਤ ਭਾਜੀ ਜੀ, ਆਇਆਂ ਨੂੰ ਜੀ। ਜੀ ਜਿਹੜੇ ਆਪ ਜੀ ਦੇ ਮੁੱਖ ਮਹਿਮਾਨ ਹਨ ਭਾਜੀ ਬਲਵੀਰ ਸਿੰਘ ਚੈਣੀ ਸਾਹਿਬ, ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ, ਉਹਨਾਂ ਦੇ ਵਿਚਾਰ ਨੇ, ਉਹ ਬੇਸ਼ਕੀਮਤੀ ਨੇ ਔਰ ਅੱਜ ਮੈਨੂੰ ਉਹਨਾਂ ਦੇ ਮੋਹਰੇ ਕੁੱਝ ਪੇਸ਼ ਕਰਨ ਨੂੰ ਵੀ ਥੋੜ੍ਹਾ ਜਿਹਾ ਲੱਗਦਾ ਕਿ ਮੈਂ ਸ਼ਾਇਦ ਇਸ ਕਾਬਿਲ ਨਹੀਂ ਹਾਂ, ਪਰ ਫਿਰ ਵੀ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਗੱਲਾਂ ਉਹ ਇੰਨੀਆਂ ਗਹਿਰਾਈ ਵਿੱਚ ਨੇ, ਉਹਨਾਂ ਨੇ ਬਹੁਤ ਬਹੁਤ ਵਿਦਵਾਨਾਂ ਦੀ, ਬਹੁਤ ਮਹਾਂਪੁਰਖਾਂ ਦੀ ਸੰਗਤ ਕੀਤੀ ਆ, ਹਾਂਜੀ ਤੇ ਚਲੋ, ਪਰ ਫਿਰ ਵੀ ਮੈਂ ਆਪ ਜੀ ਦਾ ਹੁਕਮ ਵਜਾਉਂਦਾ ਹੋਇਆ ਕੁੱਝ ਅਰਜ਼ ਕਰਨਾ ਚਾਹਾਂਗਾ ਜੀ। ਜੀ ਇਰਸ਼ਾਦ ਜੀ ਆ ਜਾਓ। ਪਹਿਲਾਂ ਤਾਂ ਹੈਗਾ ਕਿ ਐ ਮਿੱਤਰਾ, ਤੇਰੀਆਂ ਦਿੱਤੀਆਂ ਸ਼ੁਭ ਕਾਮਨਾਵਾਂ ਦਾ ਮੈਂ ਤਾਂ ਤੈ ਦਿਲੋਂ ਧੰਨਵਾਦੀ ਹਾਂ। ਐ ਮਿੱਤਰਾ, ਤੇਰੀਆਂ ਦਿੱਤੀਆਂ ਸ਼ੁਭ ਕਾਮਨਾਵਾਂ ਦਾ ਮੈਂ ਤਾਂ ਤੈ ਦਿਲੋਂ ਧੰਨਵਾਦੀ ਹਾਂ। ਨਾ ਸ਼ੁਕਰ ਗੁਜ਼ਾਰ ਹੋਣ ਦਾ ਹੋਇਆ ਮੈਂ ਕਦੇ ਵੀ ਨਾ ਆਦੀ ਹਾਂ, ਨਾ ਸ਼ੁਕਰ ਗੁਜ਼ਾਰ ਹੋਣ ਦਾ ਹੋਇਆ ਮੈਂ ਕਦੇ ਵੀ ਨਾ ਆਦੀ ਹਾਂ। ਦਿਲੋਂ ਉਮੜਦੀਆਂ ਉਮੰਗਾਂ ਅਤੇ ਤਿਰੰਗਾਂ ਨੂੰ ਰੂਪ ਕਾਵਮਈ ਸ਼ਬਦਾਂ ਦਾ ਦੇਣਾ ਚਾਹੁੰਦਾ ਹਾਂ। ਸਤਿ ਭਾਜੀ, ਦਿਲੋਂ ਉਮੜਦੀਆਂ ਉਮੰਗਾਂ ਅਤੇ ਤਿਰੰਗਾਂ ਨੂੰ ਰੂਪ ਕਾਵਮਈ ਸ਼ਬਦਾਂ ਦਾ ਦੇਣਾ ਚਾਹੁੰਦਾ ਹਾਂ। ਕਦੇ ਆਪਣੇ ਇਸ ਫਰਜ਼ ਨੂੰ ਕਹਿ ਲੈਂਦਾ ਮੈਂ ਨੈਤਿਕ, ਅੱਤ ਜ਼ਰੂਰੀ ਅਤੇ ਬੁਨਿਆਦੀ ਹਾਂ ਅਤੇ ਬੁਨਿਆਦੀ ਹਾਂ। ਫਿਰ ਜੀ ਚੰਦ ਕੁਛ ਸ਼ੇਅਰ ਨੇ ਜੀ, ਕਿ ਜਿਹਨੇ ਕਦੇ ਵੀ ਫੁੱਲਿਆ ਆਪਣਾ ਕੋਮਲ ਹਿਰਦਾ ਹੁੰਦਾ ਹੈ, ਜਿਹਨੇ ਕਦੇ ਵੀ ਫੁੱਲਿਆ ਆਪਣਾ ਕੋਮਲ ਹਿਰਦਾ ਹੁੰਦਾ ਹੈ, ਉਹ ਮੁੜ ਮੁੜ ਘੁੰਮਣ ਘੇਰੀਆਂ ਦੇ ਵਿੱਚ ਹੀ ਘਿਰਦਾ ਹੁੰਦਾ ਹੈ। ਭਾਵੇਂ ਲੱਖ ਵਾਰ ਹੰਝੂ ਪੂੰਝ ਝਾੜ ਕੇ ਆਵੇ ਲੋਕਾਂ ਵਿੱਚ, ਪਰ ਹੰਝੂ ਕੋਈ ਨਾ ਕੋਈ ਕਿਤੇ ਤਾਂ ਘਿਰਦਾ ਹੁੰਦਾ ਹੈ, ਪਰ ਹੰਝੂ ਕੋਈ ਨਾ ਕੋਈ ਕਿਤੇ ਤਾਂ ਘਿਰਦਾ ਹੁੰਦਾ ਹੈ। ਹਰ ਵੇਲੇ ਹਵਾ ਦੇ ਵਿੱਚੋਂ ਕੁੱਝ ਨਾ ਕੁੱਝ ਲੱਭਦਾ ਰਹਿੰਦਾ ਹੈ, ਲੱਗਦਾ ਭਾਵੇਂ ਖਾਲੀ ਖਾਲੀ ਇਹ ਉਹਦਾ ਚੁਗਿਰਦਾ ਹੁੰਦਾ ਹੈ। ਮਾਲੀ ਤੱਕ ਨਵੀਂ ਪਨੀਰੀ ਨੂੰ ਹੋ ਜਾਂਦਾ ਬਾਗੋ ਬਾਗ, ਭਲੀ ਲੋੜਦਾ ਉਹਨਾਂ ਦੀ, ਉਹ ਤਾਂ ਬੜੇ ਹੀ ਚਿਰਦਾ ਹੁੰਦਾ ਹੈ, ਉਹ ਤਾਂ ਬੜੇ ਹੀ ਚਿਰਦਾ ਹੁੰਦਾ ਹੈ। ਅੱਜ ਜਾਪਣ ਫੁੱਲ ਬਾਗਾਂ ਦੇ ਹੋ ਗਏ ਕੁੱਝ ਕੁੱਬੇ ਕੁੱਬੇ ਨੇ, ਤਾਂਹੀਓ ਪਤਾ ਕੋਈ ਨਾ ਕੋਈ ਧਰਤੀ ਤੇ, ਤਾਂਹੀਓ ਪਤਾ ਕੋਈ ਨਾ ਕੋਈ ਨਾ ਧਰਤੀ ਤੇ ਗਿਰਦਾ ਹੁੰਦਾ ਹੈ। ਆਖਰੀ ਸ਼ੇਰਾ ਜੀ, ਕਿ ਅੱਜ ਰੌਣਕ ਸ਼ਹਿਰਾਂ ਦੀ ਵੀ ਜਾਪੇ ਹੋਈ ਗਮਗੀਨ ਜਹੀ, ਉਂਝ ਖੂਹ ਉਹਨਾਂ ਯਾਦਾਂ ਦਾ ਹਰ ਰੋਜ਼ ਹੀ ਤਾਂ ਗਿਰਦਾ ਹੁੰਦਾ ਹੈ, ਹਰ ਰੋਜ਼ ਹੀ ਤਾਂ ਗਿਰਦਾ ਹੁੰਦਾ ਹੈ। ਕੋਈ ਮੌਜਾਂ ਮਾਣ ਦੇ ਮਾਨਵ ਨੂੰ ਉਕਸਾਉਣਾ ਚਾਹੁੰਦਾ ਏ,
ਪਹਿਲ ਕਦਮੀ ਦੀ ਦੌੜ ਵਿਚ ਕੋਈ ਕਿਤੇ ਤਾਂ ਭਿੜਦਾ ਹੁੰਦਾ ਹੈ, ਕੋਈ ਕਿਤੇ ਤਾਂ ਭਿੜਦਾ ਹੁੰਦਾ ਹੈ। ਆਖਰੀ ਸ਼ੇਰਾ ਮੇਰੇ ਵੀਰ ਜੀ, ਹਾਲੇ ਬਾਲੜੀ ਹੈ ਇਹ ਨਵੀਂ ਨਕੋਰ ਲਿਖੀ ਗਜ਼ਲ ਮੇਰੀ, ਰਣਜੀਤ ਰਾਣਾ ਕਰ ਦੀਦ ਇਹਦੇ ਫੁੱਲਾਂ ਵਾਂਗੂ ਤਾਂ ਖਿੜਦਾ ਹੁੰਦਾ ਹੈ, ਫੁੱਲਾਂ ਵਾਂਗੂ ਤਾਂ ਖਿੜਦਾ ਹੁੰਦਾ ਹੈ। ਇਹਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ, ਜਿਨ੍ਹਾਂ ਨੇ ਅਦਾਰੇ ਦਾ, ਪੀਬੀਸੀ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਕੁਝ ਕਹਿਣ ਦਾ ਇਹ ਮੌਕਾ ਬਖਸ਼ਿਆ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਣਜੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਸ਼ਿਰਕਤ ਕੀਤੀ ਹੈ। ਹਾਂਜੀ ਸਰ, ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ। ਇਹ ਸਾਡੇ ਸੀਗੇ ਰਣਜੀਤ ਸਿੰਘ ਰਾਣਾ ਜੀ ਸਮੈਥਿਕ ਤੋਂ, ਜਿਹੜੇ ਬਹੁਤ ਵਧੀਆ ਗੀਤ ਲਿਖਦੇ ਨੇ, ਇਹਨਾਂ ਦੇ ਕਾਫੀ ਗੀਤ ਹੈ ਜਿਹੜੇ ਮਕਬੂਲ ਹੋਏ ਨੇ, ਔਰ ਵੱਡੇ ਵੱਡੇ ਜਿਹੜੇ ਸਿੰਗਰ ਆ ਉਹਨਾਂ ਨੇ ਇਹਨਾਂ ਦੇ ਗੀਤ ਗਾਏ ਨੇ। ਇੱਥੇ ਇਹਨਾਂ ਨੂੰ ਗੀਤਕਾਰ ਜਾਂ ਰੁਬਾਈਆਂ ਦੇ ਬਾਦਸ਼ਾਹ ਦੇ ਨਾਂ ਤੋਂ ਵੀ ਜਾਣਿਆ ਜਾਂਦਾ। ਇਹ ਜਦੋਂ ਵੀ ਹਾਂਜੀ, ਸੋ ਸਰ ਅਸੀਂ ਗੱਲ ਕਰ ਰਹੇ ਸੀ ਤੁਹਾਡੇ ਨਾਲ, ਜਿਹੜੀ ਅਗਲੀ ਤੁਸੀਂ ਲਿਖੀ ਸੀਗੀ ਅੱਥਰੂ ਤੇ ਹੰਝੂ ਵਿੱਚ ਕੀ ਫਰਕ ਹੈ? ਇਹਨਾਂ ਨੇ ਵੀ ਹੁਣ ਰਾਣਾ ਜੀ ਨੇ ਵੀ ਅੱਥਰੂ ਤੇ ਹੰਝੂ ਦੀ ਗੱਲ ਕੀਤੀ ਹੈ, ਤੇ ਮੈਂ ਚਾਹਾਂਗਾ ਕਿ ਆਪ ਉਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਅੱਥਰੂ ਤੇ ਹੰਝੂ ਵਿੱਚ ਕੀ ਫਰਕ ਹੈ? ਦੇਖੋ ਜੋ ਅੱਥਰੂ ਹੈ ਨਾ ਜੀ, ਜੀ ਜਾਂ ਜਿਹੜੇ ਅੱਥਰੂ ਤੇ ਹੰਝੂ ਦੇ ਫਰਕ ਹੈ ਕਿ ਜੋ ਹੰਝੂ ਹੈ ਉਹ ਤੇ ਦੁੱਖ ਦੇ ਨਾਲ ਆਉਣਗੇ, ਬਰਾਗ ਦੇ ਨਾਲ ਆਉਣਗੇ। ਕੋਈ ਘਟਨਾ ਘਟ ਜਾਂਦੀ ਹੈ, ਕੋਈ ਜ਼ਿੰਦਗੀ ਦੇ ਵਿੱਚ ਏਦਾਂ ਦੀ ਕਿਸੇ ਦੀ ਡੈਥ ਹੋ ਗਈ, ਕੋਈ ਦੁਖਾਂਤ ਵਾਪਰ ਗਿਆ, ਅਸੀਂ ਜਿਹੜੇ ਉਹ ਤੇ ਸਾਡੇ ਹਨ ਹੰਝੂ। ਹਾਂਜੀ, ਤੇ ਜਿਹੜੇ ਅੱਥਰੂ ਨੇ ਉਹ ਤਾਂ ਅਸੀਂ ਪਿਆਜ਼ ਚੀਰਨ ਲੱਗ ਜਾਈਏ, ਜਿਹਨੂੰ ਗੰਢੇ ਕਹਿ ਦਿੰਦੇ ਹਾਂ ਪੰਜਾਬੀ ਚ ਆਪਾਂ, ਪਿਆਜ਼ ਚੀਰੀਏ ਕੁੱਟਣ ਅੱਖਾਂ ਚ ਪੈ ਗਈ, ਕਿਤੇ ਏਅਰਪੋਰਟ ਤੇ ਜਾਓ ਦਿੱਲੀ ਨੂੰ ਜਾਂਦੇ ਹਾਂ ਜਾਂ ਅੰਮ੍ਰਿਤਸਰ ਨੂੰ, ਕਿਤੇ ਜਾਮ ਹੋ ਗਿਆ, ਉਹ ਪ੍ਰਦੂਸ਼ਣ ਦੇ ਨਾਲ ਅੱਖਾਂ ਚੋ ਮੱਚਣ ਲੱਗ ਜਾਂ ਜਲਨ ਹੋਣ ਲੱਗ ਜਾਂਦੀ ਹੈ, ਉਹਦੇ ਨਾਲ ਪਾਣੀ ਆ ਜਾਂਦਾ ਜਾਂ ਅੱਖ ਦੇ ਵਿੱਚ ਕੁਝ ਪੈ ਜਾਂਦਾ, ਤੇ ਅੱਖ ਦੇ ਵਿੱਚੋਂ ਕੋਈ ਕੜਕਣ ਵਗੈਰਾ ਦੇ ਨਾਲ ਜਾਂ ਚੁੱਲ੍ਹੇ ਕੋਲ, ਪਿੰਡਾਂ ਦੇ ਵਿੱਚ ਬੀਬੀਆਂ ਚੁੱਲ੍ਹੇ ਕੋਲ ਬਹਿੰਦੀਆਂ ਨੇ, ਧੂੰਆਂ ਪੈ ਗਿਆ ਅੱਖਾਂ ਦੇ ਵਿੱਚ, ਉਹਦੇ ਨਾਲ ਜੋ ਪਾਣੀ ਆਉਂਦਾ ਉਹ ਤਾਂ ਹੈ ਜੀ ਅੱਥਰੂ, ਜਿਵੇਂ ਅੱਥਰੂ ਗੈਸ ਹੈ, ਹੰਝੂ ਗੈਸ ਹੈ, ਉਹ ਤੇ ਅੱਥਰੂ ਨੇ। ਤੇ ਜਿਹੜੇ ਕਿਸੇ ਦੇ ਅੰਦਰੋਂ ਦਰਦ ਦੇ ਕਾਰਨ ਜੋ ਅੱਖਾਂ ਚੋਂ ਬਹਿੰਦੇ ਨੇ, ਅੰਦਰ ਦਾ ਦਰਦ ਜਦੋਂ ਅੱਖਾਂ ਦੇ ਰਾਹੀਂ ਆਉਂਦਾ ਤੇ ਉਹ ਹੰਝੂ ਕਹਾਉਂਦਾ। ਕਿਆ ਬਾਤ ਹੈ, ਸੋ ਇਹ ਵੀ ਬਹੁਤ ਵੱਡਾ ਫਰਕ ਪਤਾ ਲੱਗਿਆ ਅੱਥਰੂ ਔਰ ਹੰਝੂ 'ਚ ਕੀ ਫਰਕ ਹੈ ਕਿ ਅੱਥਰੂ ਤਾਂ ਜਿਹੜੇ ਉਹ ਹੈ ਜੋ ਆਪਾਂ ਨੂੰ ਬਾਹਰੀ ਤੌਰ 'ਤੇ ਜੇ ਕੋਈ ਅੱਖ 'ਚ ਲੱਗ ਜਾਵੇ ਜਾਂ ਅੱਖ 'ਚ ਕੌੜਾ ਲੱਗੇ ਜਾਂ ਧੂੰਆਂ ਪਵੇ ਉਹ ਆਉਂਦੇ ਆ, ਅਤੇ ਜਿਹੜਾ ਹੰਝੂ ਨੇ ਉਹ ਦਿਲ ਦੇ ਦਰਦ ਹੈ, ਜਿਹੜੇ ਜਦੋਂ ਦਿਲ 'ਚ ਦਰਦ ਹੁੰਦਾ ਜਾਂ ਕੋਈ ਦੁੱਖ ਹੁੰਦਾ ਤਾਂ ਆਉਂਦੇ। ਸੋ ਇਹ ਵੀ ਫਰਕ ਸਾਨੂੰ ਪਤਾ ਲੱਗ ਗਿਆ। ਸੋ ਸਰ ਅਸੀਂ ਤੁਹਾਡੀ ਹੁਣ ਗਜ਼ਲਾਂ ਵੱਲ ਚੱਲਦੇ ਹਾਂ, ਜਿਹੜੀਆਂ ਹੋਰ ਅਗਲੀਆਂ ਰਚਨਾ ਸੀਗੀਆਂ ਉਹਦੇ ਵਿੱਚ ਸੀਗੀ ਗੱਲ ਤਕਦੀਰਾਂ ਦੀ, ਤੇ ਮੈਂ ਚਾਹਾਂਗਾ ਹਾਂਜੀ ਗੱਲ ਤਕਦੀਰਾਂ ਦੀ, ਇਹ ਵੀ ਮੈਂ ਚਾਹਾਂਗਾ ਸਾਡੇ ਤੁਸੀਂ ਦਰਸ਼ਕਾਂ ਨਾਲ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵੇਲੇ ਸੁਣ ਰਹੇ ਨੇ ਤੇ ਉਹ ਉਹਨਾਂ ਨੂੰ ਸਾਂਝੀ ਕਰੋ। ਜ਼ਰੂਰ ਜੀ, ਗੱਲ ਤਕਦੀਰਾਂ ਦੀ ਜੀ, ਮਤਾਰ ਜੀ, ਬਹੁਤ ਪੁਰਾਣੀ ਹੋ ਚੁੱਕੀ ਹੈ ਗੱਲ ਸੱਸੀਆਂ ਤੇ ਹੀਰਾਂ ਦੀ, ਬਹੁਤ ਪੁਰਾਣੀ ਹੋ ਚੁੱਕੀ ਹੈ ਗੱਲ ਸੱਸੀਆਂ ਤੇ ਹੀਰਾਂ ਦੀ, ਆ ਕਰੀਏ ਹੁਣ ਬਹਿ ਕੇ ਕੋਈ ਆਪਾਂ ਗੱਲ ਤਕਦੀਰਾਂ ਦੀ। ਕਾਤਲ ਫਿਰਨ ਮਾਰਦੇ ਵੜਕਾਂ, ਕੌਣ ਉਹਨਾਂ ਨੂੰ ਨੱਥ ਪਾਵੇ, ਪੇਛੀ ਪਵੇ ਕਚਹਿਰੀ ਅੰਦਰ ਹੁਣ ਬੇਦੋਸ਼ ਫਕੀਰਾਂ ਦੀ, ਪੇਛੀ ਪਵੇ ਕਚਹਿਰੀ ਅੰਦਰ ਹੁਣ ਬੇਦੋਸ਼ ਫਕੀਰਾਂ ਦੀ। ਫਿਰ ਵੇਖਾਂ ਜੀ ਕੀ ਹੋਇਆ ਜੇ ਆਪਣਿਆਂ ਨੇ ਕੋਈ ਬਾਤ ਨਹੀਂ ਮੰਨੀ, ਕੀ ਹੋਇਆ ਜੇ ਆਪਣਿਆਂ ਨੇ ਕੋਈ ਬਾਤ ਨਹੀਂ ਮੰਨੀ, ਨਿਆਮਤ ਹੁੰਦੀ ਹੈ ਰੱਕੜਾਂ ਵਿੱਚ ਸ਼ਾਹੀ ਜੰਡ ਕਰੀਰਾਂ ਦੀ, ਖੇਮਾ ਦਾ ਜਾਤਕ ਜਿੱਥੇ ਤਰਸੇ ਆਪਣੀ ਭੁੱਲ ਬਖਸ਼ਾਉਣ ਲਈ, ਖੇਮਾ ਦਾ ਜਾਤਕ ਜਿੱਥੇ ਤਰਸੇ ਆਪਣੀ ਭੁੱਲ ਬਖਸ਼ਾਉਣ ਲਈ, ਸ਼ਾਮਤ ਆ ਜਾਂਦੀ ਹੈ ਉੱਥੇ ਕੁੱਝ ਕਮਜ਼ੋਰ ਸਰੀਰਾਂ ਦੀ,
ਵਿਛੜੇ ਵੀਰ ਜਦੋਂ ਮਿਲਦੇ ਹਨ ਦੁਸ਼ਮਣ ਹੋ ਜਾਂਦੇ, ਵੀਰ ਜਦੋਂ ਮਿਲਦੇ ਪਾਸੇ ਹੋ ਆਪਣੇ ਜ਼ਖਮ ਪਹੁੰਚਾਏ, ਮੰਨਤ ਮੰਨ ਕੇ ਪੀਰ ਆਪਣੇ ਆਨੇ ਜ਼ਖਮ ਪਹੁੰਚਾਏ, ਮੰਨਤ ਮੰਨ ਕੇ ਪੀਰਾਂ ਖੁਸ਼ੀ ਗਮੀ ਦੇ ਹਰ ਮੌਕੇ ਤੇ ਟੁੱਟੀ ਨੂੰ ਸੰਢ ਲੱਗ ਜਾਂਦਾ ਹੈ। ਕੋਈ ਖੁਸ਼ੀ ਗਮੀ ਦੇ ਮੌਕੇ ਕੋਈ ਗੁੱਸੇ ਹੋਇਆ ਬੈਠਾ, ਕੋਈ ਭੈਣ ਭਰਾ ਕੋਈ ਮੌਕੇ ਦਾ ਮੌਕਾ ਹੈ ਜਾਂ ਕੋਈ ਗਮੀ ਦਾ ਮੌਕਾ ਹੈ, ਉਦੋਂ ਉਹ ਥੋੜਾ ਸਫਾਈ ਹੋ ਜਾਂਦੀ। ਵੈਸੇ ਪ੍ਰੇਮ ਦਾ ਧਾਗਾ ਤੋੜਨਾ ਨਹੀਂ ਚਾਹੀਦਾ, ਮੈਨੂੰ ਯਾਦ ਹੈ ਬਤੌਰ ਪੜ੍ਹਾ ਰਿਹਾ, ਅਹੀਮਨ ਧਾਗਾ ਪ੍ਰੇਮ ਕਾ ਤੋੜੋ ਮਤ ਝਟਕਾਏ, ਟੂਟੇ ਸੇ ਫਿਰ ਨਾ ਜੁੜਾ ਜੁੜਾ ਗਾਂਠ ਭਰ ਜਾਏ। ਪ੍ਰੇਮ ਰੂਪੀ ਧਾਗੇ ਨੂੰ ਤੋੜਨਾ ਨੀ ਚਾਹੀਦਾ, ਝਟਕਾ ਕੇ ਜੁੜਤੇ ਜਾਂਦਾ ਪਰ ਵਿਚਾਲੇ ਗੰਢ ਪੈ ਜਾਂਦੀ ਹੈ, ਫਿਰ ਉਹ ਗੰਢ ਹਮੇਸ਼ਾ ਰੜਕਦੀ ਰਹਿੰਦੀ ਹੈ। ਪਰ ਖੁਸ਼ੀ ਗਮੀ ਦੇ ਹਰ ਮੌਕੇ ਤੇ ਟੁੱਟੀ ਨੂੰ ਸੰਢ ਲੱਗ ਜਾਂਦਾ, ਦੋਨੋਂ ਵਕਤ ਗਵਾ ਕੇ ਬਹਿ ਗਏ, ਅਕਲ ਦੇਖ ਲੋ ਵੀਰਾਂ ਦੀ। ਯਾਰ ਸੁਨੇਹੀ ਜੇਕਰ ਆਪਣਾ ਪੈਸਾ ਖੋਟਾ ਨਾ ਹੁੰਦਾ, ਯਾਰ ਸੁਨੇਹੀ ਜੇਕਰ ਆਪਣਾ ਪੈਸਾ ਖੋਟਾ ਨਾ ਹੁੰਦਾ, ਕੰਧ ਲਵਾ ਕੇ ਰੱਖ ਦਿੰਦਾ ਮੈਂ ਕੱਬੀ ਖਾਨ ਅਮੀਰਾਂ ਦੀ, ਕੰਧ ਲਵਾ ਕੇ ਰੱਖ ਦਿੰਦਾ ਮੈਂ ਕੱਬੀ ਖਾਨ ਅਮੀਰਾਂ ਦੀ। ਕਿਆ ਬਾਤ ਹੈ, ਕਿਆ ਬਾਤ ਹੈ, ਵਾਕਈ ਬਹੁਤ ਵੱਡੀ ਗੱਲ। ਨਾਲੇ ਤੁਸੀਂ ਬਹੁਤ ਵੱਡੀ ਗੱਲ ਕੀਤੀ ਕਿ ਜਿਹੜਾ ਪਿਆਰ ਦਾ ਤੰਦ ਆ ਨਾ ਜਦੋਂ ਟੁੱਟ ਜਾਂਦੀ ਹੈ, ਗੱਠ ਤਾਂ ਆਪਾਂ ਬੰਨ ਕੇ ਜੋੜ ਲੈਂਦੇ ਲੇਕਿਨ ਫਿਰ ਉਹ ਜਿਹੜੀ ਗੱਠ ਰੜਕਦੀ ਰਹਿੰਦੀ ਹੈ ਹਮੇਸ਼ਾ ਹੀ ਰੜਕਦੀ ਰਹਿੰਦੀ। ਜੀ ਵਾਕਈ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਰਚਨਾ ਵਿੱਚ ਕਿ ਇੰਨੀ ਵਧੀਆ ਤੁਸੀਂ ਗੱਲ ਲਿਖੀ ਹੈ, ਕਿਉਂਕਿ ਜਿਹੜੀ ਪਿਆਰ ਦੀ ਤੰਦ ਹੈ ਨਾ ਜਿਹੜੀ ਉਹ ਜੁੜੀ ਰਹੇ ਤਾਂ ਵਧੀਆ ਰਹਿੰਦੀ ਹੈ, ਜੇ ਟੁੱਟ ਕੇ ਜੁੜੀ ਤਾਂ ਫਿਰ ਜਿਹੜੀ ਉਹ ਗੱਠ ਵਾਕਈ ਰੜਕਦੀ ਰਹਿੰਦੀ ਹੈ। ਅਤੇ ਸਰ ਤੁਹਾਡੇ ਨਾਲ ਉਸ ਤੋਂ ਬਾਅਦ ਅਗਲੀ ਜਿਹੜੀ ਤੁਹਾਡੀ ਰਚਨਾ ਸੀਗੀ, ਆਪਾਂ ਕਿਉਂਕਿ ਚਾਹੁੰਦੇ ਹਾਂ ਕਿ ਟਾਈਮ ਥੋੜ੍ਹਾ ਹੈ ਅਤੇ ਆਪਾਂ ਤੁਹਾਨੂੰ ਜ਼ਿਆਦਾ ਸੁਣ ਸਕੀਏ, ਅਤੇ ਜਿਹੜੀ ਅਗਲੀ ਰਚਨਾ ਸੀਗੀ ਤੁਹਾਡੀ ਐਤਵਾਰ ਨਹੀਂ, ਆਪਾਂ ਉਹ ਵੀ ਸੁਣਾਂਗੇ ਲੇਕਿਨ ਇੱਕ ਕਾਲ ਆ ਗਈ, ਕਾਲ ਲੈ ਲਈ ਆਖਰੀ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰਜੀਤ ਸਿੰਘ, ਤੁਹਾਨੂੰ ਤੇ ਮਹਿਮਾਨ ਸਰਦਾਰ ਪ੍ਰਿੰਸੀਪਲ ਬਲਵੀਰ ਸਿੰਘ ਉਹਨਾਂ ਨੂੰ, ਬਲਿਹਾਰ ਸਿੰਘ ਰੰਧਾਵਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰੰਧਾਵਾ ਸਾਹਿਬ ਜੀ, ਪਹਿਲਾਂ ਤਾਂ ਧੰਨਵਾਦ ਧੰਨਵਾਦ ਸਾਡੇ ਕਿ ਤੁਸੀਂ ਆਏ ਦੁਬਾਰਾ ਇੰਨੇ ਦਿਨਾਂ ਬਾਅਦ ਸਾਡੇ ਨਾਲ, ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ, ਤੁਸੀਂ ਇਸ ਪ੍ਰੋਗਰਾਮ ਸ਼ਿਰਕਤ ਕੀਤੀ। ਪਹਿਲਾਂ ਦੱਸੋ ਤੁਹਾਡੀ ਤਬੀਅਤ ਠੀਕ ਹੈ? ਬਿਲਕੁਲ ਬਸ ਠੀਕ ਆ। ਤੁਸੀਂ 84 ਦੇ ਦਰਦ ਨੂੰ ਛੇੜਿਆ ਜੀ, ਤੇ ਸਮਾਂ ਥੋੜਾ ਆ ਮੇਰੀ ਜੂਨ ਚ ਆਪਣੇ 84 ਨੂੰ ਸ਼ਰਧਾਂਜਲੀ ਜਿਹੜੀ ਆ ਸਾਰੀ ਕਿਤਾਬ ਜਿਹੜੀ ਆ ਤੇ ਬਜਰੀਆਂ ਪੈੜਾਂ ਵਿੱਚ ਦੋ ਕਿਤਾਬਾਂ ਹੋਈਆਂ, ਇਹਨੂੰ ਭਰ ਗਈਆਂ। ਮੈਂ ਇੱਕ ਨਜ਼ਮ ਬੋਲ ਕੇ ਨਾ ਜੀ ਇਰਸ਼ਾਦ ਪੜ੍ਹ ਕੇ ਗਏ ਆ, ਮੈਂ ਵੀ ਨਜ਼ਮ ਪੜ੍ਹਦਾ ਇੱਕ ਇਰਸ਼ਾਦ। ਚੜਿਆ ਵੇ ਲੋਕਾ ਲੋਕਾ ਵੇ ਸਾਡੇ ਸੌਣ 84 ਚੜਿਆ, 84 ਦਾ ਸੌਣ ਮਹੀਨਾ। ਚੜਿਆ ਵੇ ਲੋਕਾ ਲੋਕਾ ਵੇ ਸਾਡੇ ਸੌਣ 84 ਚੜਿਆ, ਨਿਕਲੇ ਨਾਗ ਬਰਮੀਆਂ ਵਿੱਚੋਂ ਜੀਭੇ ਤਾਂਬਾ ਬੜਿਆ। ਚੜਿਆ ਵੇ ਲੋਕਾ ਲੋਕਾ ਵੇ ਸਾਡੇ ਸੌਣ 84 ਚੜਿਆ, ਨਿਕਲੇ ਨਾਗ ਬਰਮੀਆਂ ਵਿੱਚੋਂ ਜੀਭੇ ਤਾਂਬਾ ਬੜਿਆ। ਵੇਖ ਪੰਜਾਬਣ ਮਾਂ ਦੀ ਹਿੱਕੋਂ ਲਹੂ ਝਲਾਰੀ ਹੜਿਆ, ਉੱਚਾ ਹੋ ਕੇ ਲੰਘ ਗਿਆ ਸਾਵਣ ਚਮਕੀ ਸੰਗੋਂ ਡਰਿਆ। ਲੁੜਕ ਗਈ ਸਰਬਣ ਦੀ ਬਹਿੰਗੀ ਲੁੜਕ ਗਈ ਸਰਬਣ ਦੀ ਬਹਿੰਗੀ, ਜਦ ਜਿਸਮ ਕਿਸੇ ਦਾ ਭਰਿਆ ਤਾਂ ਪਾ ਬਦਲਾਂ ਦਾ ਪਾਟਾ ਝੱਗਾ ਚੰਨ ਸਰਾਣੇ ਖੜਿਆ। ਲੁੜਕ ਗਈ ਸਰਬਣ ਦੀ ਬਹਿੰਗੀ ਜਦ ਜਿਸਮ ਕਿਸੇ ਦਾ ਠਰਿਆ ਤਾਂ ਪਾ ਬਦਲਾਂ ਦਾ ਪਾਟਾ ਝੱਗਾ ਚੰਨ ਸਰਾਣੇ ਖੜਿਆ। ਸਾਰੀ ਰਾਤ ਪੁੱਠਾ ਲਟਕਾਇਆ
ਸਾਰੀ ਰਾਤ ਪੁੱਠਾ ਲਟਕਾਇਆ, ਪੇਟ ਸੁਲਾਖੀ ਸੜਿਆ, ਲੋ ਲੱਗਦੀ ਨੂੰ ਖਬਰਾਂ ਛੱਡੀਆਂ, ਬਈ ਪੁਲਿਸ ਮੁਕਾਬਲੇ ਮਰਿਆ। ਸਾਰੀ ਰਾਤ ਪੁੱਠਾ ਲਟਕਾਇਆ, ਪੇਟ ਸੁਲਾਖੀ ਸੜਿਆ, ਲੋ ਲੱਗਦੀ ਨੂੰ ਖਬਰਾਂ ਛੱਡੀਆਂ, ਪੁਲਿਸ ਮੁਕਾਬਲੇ ਮਰਿਆ। ਮੈਲੀ ਖੇਸੀ ਵਿੱਚ ਵਲੇਟਿਆ, ਮੈਲੀ ਖੇਸੀ ਵਿੱਚ ਵਲੇਟਿਆ, ਦੁੱਧ ਮਲਾਈਏ ਪਲਿਆ, ਬਾਪੂ ਨੇ ਫਰਜੰਦ ਲਿਆ ਕੇ ਭਰੀ ਸਭਾ ਵਿੱਚ ਧਰਿਆ। ਪਿੰਡ ਦੀ ਸੱਥ ਚੋਂ ਕਿਸੇ ਮਰਦ ਨੇ, ਜਸਵੰਤ ਸਿੰਘ ਖਾਲੜੇ ਵਰਗੇ ਮਰਦ ਨੇ, ਪਿੰਡ ਦੀ ਸੱਥ ਚੋਂ ਕਿਸੇ ਮਰਦ ਨੇ ਦਾਨਾ ਬੋਲ ਉਚਰਿਆ, ਭਈ ਅੱਜ ਤਾਈ ਨਹੀਂ ਪੈਂਚੋ ਸਾਡੇ ਐਸਾ ਕਹਿਰ ਗੁਜ਼ਰਿਆ। ਆਖਰ ਦੰਦ ਕਥਾਵਾਂ ਛਿੜੀਆਂ, ਆਖਰ ਦੰਦ ਕਥਾਵਾਂ ਛਿੜੀਆਂ, ਜਦ ਸਿਵਾ ਮਸਾਣੀ ਵਲਿਆ, ਤਾਂ ਚਿੱਟੇ ਵਸਤਰ ਪਾਈ ਖੜੀ ਦੇ ਮੁੱਖ ਦਾ ਸੂਰਜ ਟਲਿਆ। ਬੇ ਉੱਜੜ ਜਾਣ ਜਹਾਨੋ ਮੁਖਬਰ, ਉੱਜੜ ਜਾਣ ਜਹਾਨੋ ਮੁਖਬਰ, ਕਹਿਰ ਪਵੇ ਸਿਰ ਚੜਿਆ, ਹੋਰ ਕਿਸੇ ਦੇ ਸਰਦਾ ਸਾਈ ਏਦਾਂ ਨਾ ਜਾਵੇ ਮਰਿਆ। 84 ਦੀ ਗੱਲ ਛੇੜੀ ਆ ਜਸਵੰਤ ਸਿੰਘ ਖਾਲੜਾ ਮੇਰਾ ਯਾਰ, ਉਹਦੀ ਕਿਤੇ ਨਾ ਜਸਵੰਤ ਸਿੰਘ ਖਾਲੜੇ ਦੀ ਰੂਹ ਤੋਂ ਪੁੱਛੋ, ਜਾਂ ਫਿਰ ਮਾਝੇ ਦੀ ਜੂਹ ਤੋਂ ਪੁੱਛੋ 84 ਕਿੱਦਾਂ ਲੰਘੀ ਆ। ਬਸ ਮੈਂ ਇੰਨੀ ਗੱਲ ਕਹਿਣੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਕਈ ਬਹੁਤ ਵਧੀਆ ਰਜ਼ਮ ਕਹਿ ਕੇ ਗਏ ਸਰ। ਇਹ ਵੀ ਸਾਡੇ ਬਲਿਆਰ ਸਿੰਘ ਰੰਧਾਵਾ ਜੀ ਬਹੁਤ ਵਧੀਆ ਲਿਖਦੇ ਨੇ, ਤੇ ਤੁਸੀਂ ਸੁਣ ਲਿਆ ਇਹਨਾਂ ਨੂੰ ਕਿ ਕਿੰਨਾ ਵਧੀਆ ਲਿਖ ਬੋਲ ਰਹੇ ਨੇ। ਬਹੁਤ 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 ਆਨੰਦ ਬਣੇ ਜੀ, ਬਹੁਤ ਦਰਦਾਂ ਤੇ ਜੀ ਬੋਲ ਸੁਣਨ ਦੇ। ਹੁਣ ਆਪਣੇ ਕੋਲ ਟਾਈਮ ਬਹੁਤ ਥੋੜਾ, ਤੇ ਮੈਂ ਚਾਹਾਂਗਾ ਕਿ ਤੁਹਾਡੀ ਜਿਹੜੀ ਅਗਲੀ ਨਜ਼ਮ ਸੀ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰਨ ਦੀ ਆਪਾਂ ਗੱਲ ਕੀਤੀ ਸੀ। ਇਤਵਾਰ ਨਹੀਂ, ਹਾਂਜੀ ਹਾਂਜੀ, ਗਜ਼ਲ ਇਹਦਾ ਮਤਲਬ ਅਰਜ਼ ਹੈ। ਪਹਿਲਾਂ ਵਰਗਾ ਲੋਕਾਂ ਦਾ ਕਿਰਦਾਰ ਨਹੀਂ, ਬੰਦੇ ਨੂੰ ਹੁਣ ਆਪਣਾ ਵੀ ਇਤਵਾਰ ਨਹੀਂ। ਵਾਹ, ਪਹਿਲਾਂ ਵਰਗਾ ਲੋਕਾਂ ਦਾ ਕਿਰਦਾਰ ਨਹੀਂ, ਬੰਦੇ ਨੂੰ ਹੁਣ ਆਪਣਾ ਵੀ ਇਤਵਾਰ ਨਹੀਂ। ਪਹਿਲਾਂ ਪੱਗ ਬਕਾ ਕੇ ਪਿੱਛੋਂ ਗੱਲ ਘੁੱਟਣ, ਸੱਚੇ ਸੁੱਚੇ ਦਿਖਦੇ ਅੱਜ ਕੱਲ੍ਹ ਯਾਰ ਨਹੀਂ। ਵਾਹ, ਕੌਣ ਕਿਸੇ ਦੀ ਮੰਨਦਾ ਹੈ ਇਸ ਦੁਨੀਆਂ ਵਿੱਚ, ਕਿਹੜਾ ਹੈ ਇੱਥੇ ਜੋ ਖੁਦ ਮੁਖਤਿਆਰ ਨਹੀਂ। ਹਰ ਬੰਦਾ ਹੰਕਾਰੀ ਬਣਿਆ ਫਿਰਦਾ ਏ, ਯਾਰ ਦਿਲਾਂ ਵਿੱਚ ਭੋਰਾ ਵੀ ਇਤਵਾਰ, ਭੋਰਾ ਵੀ ਸਤਿਕਾਰ ਨਹੀਂ। ਸਿਰ ਦੇ ਕੇ ਹੀ ਇਸ਼ਕ ਨਿਭਾਉਣਾ ਪੈਂਦਾ ਹੈ, ਲੱਗਦਾ ਮੈਨੂੰ ਤੇਰੇ ਦਿਲ ਵਿੱਚ ਪਿਆਰ ਨਹੀਂ। ਸ਼ੇਰ ਦੇਖਣਾ ਨੀ, ਇਹ ਦੁਨੀਆਂ ਹੈ ਪੈਸੇ ਦੀ ਗੱਲ ਸੱਚੀ ਹੈ, ਇਹ ਦੁਨੀਆਂ ਹੈ ਪੈਸੇ ਦੀ ਗੱਲ ਸੱਚੀ ਹੈ, ਪੈਸਾ ਹੁੰਦਿਆਂ ਕਿਧਰੇ ਵੀ ਇਨਕਾਰ ਨਹੀਂ। ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ, ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ, ਸੱਚਾ ਬੰਦਾ ਦਿਲ ਵਿੱਚ ਰੱਖਦਾ ਖਾਰ ਨਹੀਂ। ਮਾਲੀ ਤੂੰ ਸ਼ਿਕਵਾ ਕਿਉਂ ਕਰਦੈ ਪੱਤ ਝੜਤੇ, ਮਾਲੀ ਤੂੰ ਸ਼ਿਕਵਾ ਕਿਉਂ ਕਰਦੈ ਪੱਤ ਝੜਤੇ, ਰੁੱਤ ਮੁਤਾਬਕ ਨੇੜੇ ਅਜੇ ਬਹਾਰ ਨਹੀਂ। ਮਕਤਾਰ ਜੀ, ਤਦ ਤੱਕ ਲੋਕ ਸੁਨੇਹੀ ਚੁੱਪ ਨਹੀਂ ਕਰਦੇ, ਤਦ ਤੱਕ ਲੋਕ ਸੁਨੇਹੀ ਚੁੱਪ ਨਹੀਂ ਕਰਦੇ, ਖੰਭਾਂ ਦੀ ਜਦ ਤੀਕ ਬਣਾਉਂਦੇ ਡਾਰ ਨਹੀਂ, ਖੰਭਾਂ ਦੀ ਜਦ ਤੀਕ ਬਣਾਉਂਦੇ ਡਾਰ ਨਹੀਂ। ਧੰਨਵਾਦ ਜੀ। ਕਿਆ ਬਾਤ ਹੈ, ਬਾਕੀ ਸਰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ। ਔਰ ਤੁਸੀਂ ਜਿਸ ਤਰ੍ਹਾਂ ਦਾ ਗੱਲ ਕੀਤਾ, ਅੱਜ ਕੱਲ੍ਹ ਇਤਵਾਰ ਨਹੀਂ ਹੈ, ਬਾਕੀ ਇਸ ਗੱਲ ਦਾ ਕਿਸੇ ਦਾ ਕੋਈ ਇਤਵਾਰ ਨਹੀਂ, ਕਿਉਂਕਿ ਦੁਨੀਆ ਇਸ ਤਰ੍ਹਾਂ ਦੀ ਹੋ ਗਈ ਹੈ। ਲੇਕਿਨ ਫਿਰ ਵੀ ਜਿਹੜਾ ਪਿਆਰ ਹੈ ਉਹ ਆਪਾਂ ਨੂੰ ਹਮੇਸ਼ਾ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਨਾ ਚੰਦ ਲਾਈਨਾਂ ਯਾਦ ਆ ਗਈਆਂ, ਕਿਉਂਕਿ ਉਹ ਕਹਿੰਦੇ ਨਾ ਵੀ ਆਪਣੇ ਚਿਹਰੇ ਹੱਸਦੇ ਹੁੰਦੇ ਆ, ਲੇਕਿਨ ਚਿਹਰੇ ਹੱਸਦਿਆਂ ਦੇ ਪਿੱਛੇ ਕਈ ਜਿਹੜੇ ਆ ਗਮ ਹੁੰਦੇ ਆ, ਉਹ ਬਹੁਤ ਗਹਿਰਾ ਸੱਟਾਂ ਲੱਗੀਆਂ ਹੁੰਦੀਆਂ, ਬਹੁਤ ਗਹਿਰੀਆਂ ਸੱਟਾਂ ਹੁੰਦੀਆਂ ਨੇ। ਅਤੇ ਉਹਦੀਆਂ ਸੀਗੀਆਂ, ਕਹਿੰਦੇ ਉਹ ਕਹਿੰਦੇ ਤੇਰੀ ਤਸਵੀਰ ਦੇਖੀ ਤੂੰ ਹੱਸਦਾ ਬੜਾ ਸੋਹਣਾ ਹੈ,
ਕਹਿੰਦੇ ਤੇਰੀ ਤਸਵੀਰ ਦੇਖੀ ਤੂੰ ਹੱਸਦਾ ਬੜਾ ਸੋਹਣਾ ਹੈ, ਮੈਂ ਕਿਹਾ ਕੁਛ ਡੂੰਘੀਆਂ ਸੱਟਾਂ ਵੱਜੀਆਂ, ਕੁਛ ਉਮਰ ਨਿਆਣੀ ਸੀ, ਹੁਣ ਨਹੀਂ ਹੱਸਦੇ ਇਹ ਚਿਹਰੇ, ਇਹ ਤਸਵੀਰ ਪੁਰਾਣੀ ਸੀ। ਸੋ ਵਾਕਈ ਉਹ ਤਸਵੀਰ ਪੁਰਾਣੀ ਸੀ, ਲੇਕਿਨ ਜਿਹੜੇ ਦੁੱਖ ਆ ਉਹ ਸਾਡੇ ਅੰਦਰ ਹੀ ਰਹਿ ਜਾਂਦੇ ਆ, ਅਤੇ ਹੱਸਣਾ ਇੱਕ ਮਜਬੂਰੀ ਹੈ, ਲੇਕਿਨ ਜਿਹੜੇ ਦਿਲ ਦੇ ਅੰਦਰ ਗਮ ਹੁੰਦੇ ਨਾ ਉਹ ਬਹੁਤ ਵੱਡੇ ਹੁੰਦੇ ਨੇ, ਉਹਨਾਂ ਨੂੰ ਭੁੱਲਣਾ ਬਹੁਤ ਔਖਾ ਹੋ ਜਾਂਦਾ। ਸੋ ਸਰ ਤੁਹਾਡੇ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ, ਲੇਕਿਨ ਹੁਣ ਪ੍ਰੋਗਰਾਮ ਦਾ ਜਿਹੜਾ ਸਮੇਂ ਸਮਾਪਤ ਹੋ ਰਿਹਾ, ਅਤੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਅੱਧੇ ਮਿੰਟ ਜੇ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਤਾਂ ਤੁਸੀਂ ਜ਼ਰੂਰ ਦੇ ਲਓ। ਇੱਕ ਤਾਂ ਮੈਂ ਗੱਲ ਉਹ ਤੋਖਾ ਅਤੇ ਧੋਖਾ ਉਹਦੇ ਬਾਰੇ ਮੈਂ ਜ਼ਰੂਰ ਕਹਿਣਾ ਜੀ, ਇੱਕ ਮਿੰਟ ਜੀ, ਤੋਖਾ ਅਤੇ ਧੋਖਾ ਤੁਸੀਂ ਇੱਕ ਖੋਜ ਲਿਖਿਆ ਸੀਗਾ, ਹਾਂਜੀ ਇਹਦੇ ਬਾਰੇ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰ ਲਓ। ਇਹ ਤੁੱਕਾ ਸ਼ਬਦ ਜਿਹੜਾ ਸੀ ਉਹ ਕਿੱਕਰ ਦਾ ਬੜਾ ਸਾਡੇ ਸੱਭਿਆਚਾਰ ਵਿੱਚ ਰੋਹੀ ਦੀ ਕਿੱਕਰ ਰੋਕਾਲਾ ਬਾਬਲੇ ਨੇ ਬਲ ਟੋਲੇ ਆ, ਕਿੱਕਰ ਸ਼ਬਦ ਕਿੱਕਰ ਕਰਕ ਦੇਖੋ ਹੈ ਨਾ, ਉਹਨੂੰ ਜੋ ਫਲੀਆਂ ਲੱਗਦੀਆਂ ਉਹਨੂੰ ਤੁੱਕਾ ਸ਼ਬਦ ਲੋਕ ਵਰਤਦੇ ਨੇ, ਇਹ ਤੁੱਕਾ ਨੀ ਹੁੰਦਾ ਇਹ ਤੁੱਕਾ ਹੁੰਦਾ। ਤੁੱਕਾ ਹਾਂਜੀ, ਤੁੱਕਾ ਦਾ ਅਰਥ ਹੈ ਫਲੀ, ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਨੂੰ ਸਮਝਾਇਆ ਗਿਆ, ਤਨ ਬਿਨਾਂ ਜੈਸੇ ਥੋਥਰ ਤੁੱਕਾ, ਨਾਮ ਵੀ ਹੁਣ ਸੁਣੇ ਸੇ ਮੁਖਾ, ਤਨ ਬੀਜ ਥੋਥਰ ਖਾਲੀ, ਤੁੱਕਾ ਦਾ ਅਰਥ ਹੁੰਦਾ ਫਲੀ, ਕਿ ਜਿਹੜੀ ਫਲੀ ਦੇ ਵਿੱਚ ਬੀਜ ਨੀ ਹੁੰਦਾ ਉਹ ਫਲੀ ਕਿਸੇ ਕੰਮ ਨੀ ਆਉਂਦੀ, ਜਿਹੜੇ ਮੂੰਹ ਤੋਂ ਰੱਬ ਦਾ ਨਾਂ ਨੀ ਲਿਆ ਜਾਂਦਾ, ਨਾਮ ਵੀ ਹੁਣ ਸੁਣੇ ਸੇ ਮੁਖਾ, ਉਹ ਮੂੰਹ ਵੀ ਕਿਸੇ ਕੰਮ ਦੇ ਨੀ ਜਿਹਦੇ ਵਿੱਚ ਰੱਬ ਦਾ ਨਾਂ ਨੀ ਲਿਆ ਜਾਂਦਾ। ਵਾਕਈ ਸੋ ਇਹ ਤੁੱਕਾ ਸ਼ਬਦ ਹੈ, ਇਹਨੂੰ ਅਸੀਂ ਵਿਗਾੜ ਕੇ ਤੁੱਕਾ ਕਰ ਲਿਆ, ਇਹ ਸ਼ਬਦ ਤੁੱਕਾ ਸੀ, ਕੱਤੇ ਔਂਕੜ ਖੱਖੇ ਨੂੰ ਕਹਿੰਦਾ ਤੁੱਕਾ, ਤੁੱਕਾ ਦਾ ਅਰਥ ਹੁੰਦਾ ਫਲੀ। ਤੇ ਜੇ ਤੱਕ ਸੁਨੇਹੇ ਦੀ ਗੱਲ, ਸਭ ਤੋਂ ਪਹਿਲਾਂ ਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ, ਸੁਨੇਹਾ ਮੈਂ ਇਹੀ ਦੇਵਾਂਗਾ ਕਿ ਸਾਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਆਪਣੀ ਪੰਜਾਬੀ ਮਾਂ ਬੋਲੀ ਨੂੰ ਸਾਨੂੰ ਜਿੰਨਾ ਵੀ ਉਹਦੀ ਪ੍ਰਫੁੱਲਤਾ ਦੇ ਲਈ ਅਸੀਂ ਆਪਣੇ ਜਿਤਨੇ ਵੀ ਯਤਨ ਉਹਨੂੰ ਮਾਂ ਬੋਲੀ ਨੂੰ ਅਮੀਰ ਬਣਾਉਣ ਲਈ ਕਰਨੇ ਚਾਹੀਦੇ ਨੇ, ਉੱਥੇ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵੀ ਉੱਥੋਂ ਦੀ ਸੀਐਮ ਸਾਹਿਬਾਂ ਨੇ ਇੱਕ ਲਾਗੂ ਕਰ ਦਿੱਤਾ ਕਿ ਤੁਸੀਂ ਜਿਹੜੇ ਵੀ ਵਿਧਾਇਕ ਨੇ MLAs ਨੇ ਉਹ ਸਾਰੇ ਪੰਜਾਬੀ ਵਿੱਚ ਆਪਣੀ ਗੱਲ ਕਹਿ ਸਕਦੇ ਨੇ, ਤੇ 12 ਕਰੋੜ ਪੰਜਾਬੀ ਹੈ ਪਾਕਿਸਤਾਨ ਦੇ ਵਿੱਚ, ਸਾਡੀ ਗਿਣਤੀ ਚੜ੍ਹਦੇ ਪੰਜਾਬ ਚ 3.25 ਕਰੋੜ ਦੀ ਆਬਾਦੀ ਹੈ, ਉੱਧਰ ਕਰਦੇ ਪੰਜਾਬ ਦੀ 12 ਕਰੋੜ ਹੈ, ਉਹ ਲੋਕ ਪੰਜਾਬੀ ਨੂੰ ਬੜੀ ਤਰਜੀਹ ਦਿੰਦੇ ਨੇ, ਸਾਡੀ ਰੋਜ਼ਾਨਾ ਮੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਸੋ ਮੈਂ ਤੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਪਣੀ ਮਾਂ ਬੋਲੀ ਨੂੰ ਨਾ ਭੁਲਾਇਓ, ਤੇ ਇਹਦੇ ਵਿੱਚ ਹੀ ਸਾਡਾ ਭਲਾ ਹੈ। ਅੱਜ ਪੰਜਾਬੀ ਦੇ ਵਿੱਚ ਕੁਛ ਭੈਂਟ ਹੋ ਗਈ ਹੈ, ਬਹੁਤੇ ਸ਼ਬਦ ਅੱਜ ਕੋਈ ਕਿਸੇ ਅਨਪੜ੍ਹ ਬੀਬੀ ਪਿੰਡਾਂ ਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ, ਏਦਾਂ ਦੇ ਸ਼ਬਦ ਵਰਤੇ ਜਾਂਦੇ ਨੇ ਅੰਗਰੇਜ਼ੀ ਦੇ, ਜੇ ਏਦਾਂ ਹੀ ਰਿਹਾ ਤੇ ਹੌਲੀ ਹੌਲੀ ਪੰਜਾਬੀ ਦਾ ਜਿਹੜਾ ਵਜੂਦ ਹੈ ਉਹ ਖਤਮ ਹੋਣ ਦੇ ਕਿਨਾਰੇ ਆ ਜਾਏਗਾ। ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ, ਫਿਕਰ ਕਰਨਾ ਚਾਹੀਦਾ ਆਪਣੀ ਮਾਂ ਬੋਲੀ ਬਾਰੇ, ਤਾਂ ਕਿ ਸਾਡਾ ਜਿਹੜਾ ਉਹ ਮਾਂ ਬੋਲੀ ਦੇ ਪ੍ਰਤੀ ਸਾਡੀ ਸੰਜੀਦਗੀ ਦੇ ਨਾਲ ਸਾਨੂੰ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲੈਣਾ ਪਏਗਾ, ਸਾਰਿਆਂ ਨੂੰ ਰਲ ਕੇ ਯਤਨ ਕਰਨੇ ਚਾਹੀਦੇ ਨੇ ਜੀ। ਵਾਕਈ ਸਰ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਸਾਨੂੰ ਰਲ ਕੇ ਯਤਨ ਕਰਨੇ ਚਾਹੀਦੇ, ਔਰ ਪੰਜਾਬੀ ਮਾਂ ਬੋਲੀ ਨੂੰ ਜੇ ਨਹੀਂ ਸੰਭਾਲਿਆ ਤਾਂ ਆਪਾਂ ਉਸ ਕਿਨਾਰੇ 'ਤੇ ਪਹੁੰਚ ਜਾਵਾਂਗੇ ਜਿੱਥੇ ਨਾ ਆਪਾਂ ਡੁੱਬ ਸਕਾਂਗੇ ਅਤੇ ਨਾ ਤੈਰ ਸਕਾਂਗੇ। ਸੋ ਗੱਲ ਉਹੀ ਹੈ, ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾ ਕੇ ਰੱਖੀਏ। ਸੋ ਸਰ ਤੁਹਾਨੂੰ ਅਸੀਂ ਇੱਕ ਵਾਰੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਦਿੰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ, ਪ੍ਰੋਗਰਾਮ ਸਾਡੇ ਨਾਲ ਜੁੜੇ ਹੋ, ਅਤੇ ਚਲੋ ਕਿਸੇ ਬਸ ਟੈਕਨੀਕਲ ਪ੍ਰੋਬਲਮ ਦੀ ਕਰਕੇ ਕੁਛ ਵਿੱਚੋਂ ਫੋਟੋ ਤੁਹਾਡੀ ਜਿਹੜੀ ਵੀਡੀਓ ਨਹੀਂ ਚੱਲ ਸਕੀ, ਲੇਕਿਨ ਤੁਹਾਡੀ ਆਵਾਜ਼ ਸਾਡੇ ਦਰਸ਼ਕਾਂ ਨੇ ਸੁਣੀ ਹੈ, ਤੁਹਾਨੂੰ ਦੇਖਿਆ ਵੀ ਹੈ ਪਹਿਲਾਂ, ਤੁਹਾਡੀ ਫੋਟੋ ਚੱਲ ਰਹੀ ਸੀ, ਲੇਕਿਨ ਅਸੀਂ ਇਹੀ ਉਮੀਦ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਵਧੀਆ ਵਧੀਆ ਲਿਖਦੇ ਰਹੋ, ਜੋ ਮਨੁੱਖਤਾ ਦੀ ਸੇਵਾ ਕਰਦੇ ਹੋ ਉਹ ਜ਼ਰੂਰ ਕਰੀ ਜਾਓ, ਅਤੇ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਔਰ ਤੁਹਾਡੀ ਉਮਰ ਦਰਾਜ਼ ਕਰੇ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਖੁਸ਼ੀ ਹੋਈ।
ਸੋ ਪਿਆਰ ਦਰਸ਼ਕੋ, ਇਹ ਸੀ ਸਾਡੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਜੀ, ਜੋ ਸਾਡੇ ਨਾਲ ਇੰਡੀਆ ਤੋਂ ਜੁੜੇ ਸੀਗੇ। ਤੁਸੀਂ ਦੇਖ ਲਿਆ ਕਿੰਨੇ ਮਹਾਨ ਸ਼ਖਸੀਅਤ ਨੇ, ਕਿੰਨੇ ਵਧੀਆ ਲਿਖਦੇ ਨੇ ਔਰ ਕਿੰਨੀ ਸੇਵਾ ਕਰ ਰਹੇ ਮਨੁੱਖਤਾ ਦੀ ਇਹ। ਸੋ ਹੁਣ ਵੇਲਾ ਹੋ ਗਿਆ ਤੁਹਾਤੋਂ ਯਾਦ ਲੈਣ ਦਾ, ਲੇਕਿਨ ਫਿਰ ਉਸ ਵਾਅਦੇ ਨਾਲ ਕਿ ਮਿਲੂੰਗਾ ਅਗਲੇ ਹਫ਼ਤੇ ਫਿਰ ਕਿਸੇ ਅਜ਼ੀਮ ਸ਼ਖਸੀਅਤ ਨਾਲ। ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।